ਫਰੀਦ ਵੀ ਭਾਈ ਸਾਇੰਸਦਾਨ ਸੀ ਤੇ ਇੱਕ ਬੰਦੇ ਨੂੰ ਕਹੀਏ ਵੀ ਯਾਰ ਅੱਧਾ ਘੰਟਾ ਬੈਠ ਕੇ ਦੇ ਮੈਂ ਇੱਕ ਤਜਰਬਾ ਕਰਨਾ ਮੈਨੂੰ ਕਰਿਆਨੇ ਵਾਲੀ ਦੁਕਾਨ ਤੇ ਜਾ ਕੇ ਕਹਿੰਦਾ ਮੇਰੀ ਬੁੱਢੀ ਕਹਿੰਦੀ ਇੱਕ ਬੋਤਲ ਦੇ ਦੋ ਇੱਕ ਹੀਰੋਇਨ ਹੈ ਉਹਦਾ ਉਹ ਪਰ ਨਗਦ ਦਿਹਾੜੀ ਤੇ ਫਿਲਮ ਕਰਦੀ ਅਸਲਾਮ ਅਲੈਕੁਮ ਨਾਜ਼ਰੀਨ ਟੀ ਟਾਈਮ ਮੈਂ ਖੁਸ਼ ਆਮਦੀਦ ਫਿਲਮ ਲਿਖੀ ਆ ਵੱਡਾ ਫਰੇਮ ਆ ਕਰਿਆਨੇ ਵਾਲੀ ਦੁਕਾਨ ਤੇ ਜਾ ਕੇ ਕਹਿੰਦਾ ਮੇਰੀ ਬੁੱਢੀ ਕਹਿੰਦੀ ਇੱਕ ਬੋਤਲ ਦੇ ਦੋ ਸਾਇੰਸਦਾਨ ਸੀ ਤੇ ਚੰਦ ਤੇ ਚਲ ਗਿਆ ਪਿੱਛੇ ਬੁੱਢੀ ਕਰਿਆਨੇ ਵਾਲੇ ਨੂੰ ਜਾ ਕੇ ਕਹਿੰਦੀ ਆਟੇ ਦਾ ਥੈਲਾ ਦੇ ਦੋ ਤੁਹਾਡੇ ਭਾਜੀ ਆਉਂਦੇ ਚੰਦ ਤੋਂ ਫਿਰ ਕਿੰਨੇ ਅੱਛਾ ਹੁਣ ਆ ਹੁਣ ਵੇਖਿਆ ਨਾ ਹੁਣ ਸਕ੍ਰਿਪਟ ਸੀ ਏਦਾਂ ਹੀ 40 ਮਿੰਟ ਦਾ ਲਗਾ ਦੇ ਨਹੀਂ ਨਹੀਂ ਸਕ੍ਰਿਪਟ ਫਰੀਦ ਵੀ ਭਾਈ ਸਾਇੰਸਦਾਨ ਸੀ ਕੌਣ ਫਰੀਦ ਇੱਕ ਬੰਦੇ ਨੂੰ ਕਹੀਏ ਵੀ ਯਾਰ ਅੱਧਾ ਕੁ ਘੰਟਾ ਬੈਠ ਕੇ ਦੇ ਮੈਂ ਇੱਕ ਤਜਰਬਾ ਕਰਨਾ ਮੈਨੂੰ ਜਗ੍ਹਾ ਨੀ ਲੱਭਣ ਦੀ ਸਾਰ ਮੇਰੇ ਕੋਲ ਸਾਰੇ ਬਾਸ ਵੀ ਸਾਇੰਸਦਾਨ ਮੈਨੂੰ ਅੱਧਾ ਕੁ ਘੰਟਾ ਬੈਠ ਕੇ ਤੇ ਮੈਂ ਇੱਕ ਤਜਰਬਾ ਕਰਨਾ ਕਿਸ਼ਤਾਂ ਤੇ ਲੈ ਕੇ ਤਜਰਬੇ ਕਰਨ ਸਾਇੰਸਦਾਨ ਸੀ ਭਾਈ ਨਾਲ ਦਿਆਂ ਦਾ ਬੂਹਾ ਖੜਕਾਇਆ ਕਹਿੰਦਾ ਅੱਧੀ ਕੁ ਬੋਤਲ ਪਾਣੀ ਸੀ ਇਹਦੀ ਉਹ ਕਹਿੰਦੇ ਪੀਣਾ ਕਹਿੰਦਾ ਅੱਲਾ ਦੀ ਕਸਮੇ ਪੀਣਾ ਨੀ ਤਜਰਬੇ ਚ ਪਾਣਾ ਦੇ ਦੋ ਤਜਰਬੇ ਚ ਪਾਣਾ ਸਾਇੰਸਦਾਨ ਹੈ ਵੀ ਨਹੀਂ ਸੀ ਤੇ ਇੱਕ ਸਾਇੰਸਦਾਨ ਨੂੰ ਫੋਨ ਕਰ ਕਰਕੇ ਕਹਿੰਦੇ ਕਹਿੰਦਾ ਪਟਾਸ ਪਟੂਸ ਚਾਹੀਦੀ ਹੋਈ ਦੱਸੀ ਵੀਰ ਨੂੰ ਪਟਾਸ ਕਿੱਥੇ ਯੂਜ਼ ਹੁੰਦੀ ਬੰਬ ਬਣਾਉਣ ਚ ਮਿਜ਼ਾਈਲ ਬਣਾਉਣ ਚਲੋ ਯਾਰ ਚਲੋ ਯਾਰ ਬਟਾ ਅੱਛਾ ਚਲੋ ਸਾਇੰਸਦਾਨ ਚਲੋ ਸਕ੍ਰਿਪਟ ਓਏ ਹੋਏ 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 ਸਾਜੀ ਕੀ ਲਿਖ ਬੈਠੇ ਹੀਰੋ ਆ ਮੈਂ ਤੁਸੀਂ ਹੀਰੋ ਹੀਰੋ ਹਰ ਵਾਰੀ ਤਾਂ ਤੁਸੀਂ ਸਾਰ ਅੱਗੇ ਤਾਂ ਪਹਿਲੇ ਤਾਰਫ ਕਰਾਓ ਤੁਸੀਂ ਕੌਣ ਕੌਣ ਫਿਲਮ ਚ ਤੁਹਾਡਾ ਕੀ ਰੋਲ ਆ ਐ ਕੀ ਕੌਣ ਆ ਉਹ ਇਹਨੂੰ ਛੱਡੋ ਉਹਦੀ ਸੁਣੋ ਇਹ ਕੌਣ ਇਹ ਪੈਸੇ ਲਾਏ ਨੇ ਇਹਨੇ ਪ੍ਰੋਡਿਊਸਰ ਮਾਲਕ ਦਾ ਫਿਲਮ ਦਾ ਹਾਂਜੀ ਤੇ ਇਹ ਸਾਡਾ ਉਹ ਲਾਈਟਿੰਗ ਤੇ ਕੈਮਰਾ ਤੇ ਸਾਰਾ ਕੁਝ ਇਹਨਾਂ ਨੇ ਉਹ ਚੈੱਕ ਕਰਨਾ ਕੁੜੀ ਵੀ ਲੈ ਕੇ ਆਣੀ ਹੀਰੋਇਨ ਛੱਡ ਕੇ ਆਣੀ ਲੈ ਕੇ ਆਣੀ ਅੱਛਾ ਡਰਾਈਵਰ ਟੈਬ ਵੀ ਗੱਡੀ ਵੀ ਹੀਰੋਇਨ ਇਹਨੇ ਲੈ ਕੇ ਆਉਣੀ ਹਾਂ ਇਹ ਅਸਿਸਟੈਂਟ ਡਾਇਰੈਕਟਰ ਆ ਮੇਰਾ ਅਸਿਸਟੈਂਟ ਨਹੀਂ ਮੈਂ ਫੁੱਲ ਓਏ ਮੈਂ ਜਿੰਨਾ ਕਿਹਾ ਉਹ ਉਹਨਾਂ ਮਨ ਚੁੱਪ ਕਰ ਅੱਗ ਪਤਾ ਨਹੀਂ ਕੀ ਅੱਛਾ ਡਾਇਰੈਕਸ਼ਨ ਹਾਂਜੀ ਡਾਇਰੈਕਟਰ ਤੁਸੀਂ ਮੈਂ ਰਾਈਟਰ ਤੁਸੀਂ ਰਾਈਟਰ ਹਾਂਜੀ ਇਹ ਮੈਂ ਭਾਈ ਵਾਲੀ ਤੇ ਅਸੀਂ ਰਾਈਟਿੰਗ ਕੀਤੀ ਹੈ ਅੱਧੋ ਅੱਧਾ ਸਰ ਗੱਲ ਕੀ ਉਸਤਾਦ ਜੀ ਨੂੰ ਹੀਰੋ ਲੈਣਾ ਪੈਸੇ ਸਾਰੇ ਮੈਂ ਲਾਵਾਂਗਾ ਫਿਰ ਟੈਨਸ਼ਨ ਨਹੀਂ ਲੈਣੀ ਭਾਜੀ ਅੱਗੇ ਤੇ ਫਿਲਮ ਸੀ ਨਾ ਤੁਸੀਂ ਕਹਿ ਰਹੇ ਸੀ ਕਿ ਕੀ ਲਿਖ ਲਿਆਏ ਹੁਣ ਤੁਸੀਂ ਮੰਨੋਗੇ ਕਿ ਨਹੀਂ ਬਈ ਗੱਲ ਸ਼ੁਰੂ ਕਰੋ ਜੀ ਸ਼ੁਰੂ ਕਰ ਲਓ ਫਿਲਮ ਦੀ ਸਟੋਰੀ ਦਾ ਪਹਿਲੇ ਤੁਹਾਨੂੰ ਮਰਕਜ਼ੀ ਖਿਆਲ ਦੱਸਾਂਗਾ ਹਾਂਜੀ ਉਸਤਾਦ ਦੱਸੋ ਬਿਲਕੁਲ ਉਹੀ ਸਾਰਾ ਕੁਝ ਹੋਣਾ ਜਿਹਦਾ ਵਾ ਇੱਕ ਨੌਜਵਾਨ ਹੀਰੋ ਖੂਬਰੂ ਕੋਈ ਗੱਲ ਨੀ ਨਾ ਉਹ ਮੈਂ ਦੇਖਣ ਡਿਆ ਵੀ ਉਹ ਜਿਹੜਾ ਕਹਿਣ ਡਿਆ ਵੀ ਮੇਕਅਪ ਨਾ ਕਰ ਲਾਂਗੇ ਮੈਂ ਤੇ ਉੱਤੇ ਹੈਰਾਨ ਹੋਣੇ ਪੈਸੇ ਉਹਦੇ ਲਵਾਣੇ ਤੁਸੀਂ ਮਾਸ਼ਾਅੱਲਾ ਬੇਟਾ ਸ਼ੁਕਰ ਕਰ ਅਸੀਂ ਮੇਕਅਪ ਨਾ ਹੋ ਤੇ ਜਾਵਾਂਗੇ ਨਾ ਤੂੰ ਮੈਂ ਤੇ ਆਲਰੇਡੀ ਆ ਆਹੋ ਇਮੋਸ਼ਨਲ ਵੀ ਆ ਸਟੋਰੀ ਦੁਖੀ ਵੀ ਆ ਲਵ ਸਟੋਰੀ ਵੀ ਆ ਹਰ ਸ਼ੈ ਵਿੱਚ ਉਹ ਵੀ ਸੀਨ ਹੈਗੇ ਨੇ ਕੋਈ ਤੁਸੀਂ ਵੇਖਣਾ ਸਹੀ ਵੀ ਅਸੀਂ ਹੀਰਵਨ ਨਾਲ ਤੁਹਾਨੂੰ ਮਿਲਾਉਂਦੇ ਕਿੱਦਾਂ ਯਾਰ ਉਹ ਸੀਨ ਨੀ ਜਿਹਦੇ ਚ ਫਿਰ ਬੰਦਾ ਕਹਿੰਦਾ ਬੱਚਿਆਂ ਨੂੰ ਗਏ ਚਲੋ ਤੁਸੀਂ ਜਰਾ ਬਾਹਰ ਉਹ ਨੋ ਨੋ ਉਹ ਨੀ ਮੇਰੀ ਗੱਲ ਸੁਣੋ ਇੱਕ ਮਿੰਟ ਪਹਿਲਾ ਸੀਨ ਜਿੱਦਣ ਸ਼ੂਟ ਕਰਨਾ ਨਾ ਓਪਨਿੰਗ ਫਿਲਮ ਦੀ ਦੇਗਾਂ ਚਾੜਨੀਆਂ ਉਦੋਂ ਟੈਨਸ਼ਨ ਨਾ ਲੈ ਰੁਪਈਆ ਬਹੁਤ ਅੱਲਾ ਦਾ ਸ਼ੁਕਰ ਲਾਵਾਂਗਾ ਮੈਂ ਪਹਿਲਾ ਸੀਨ ਡਰੋਨ ਹਵੇਲੀ ਦੇ ਉੱਤੇ ਉੱਡ ਰਿਹਾ ਸਟੋਰੀ ਸਾਹਿਬ ਦੀ ਓਕੇ ਤੇ ਉਧਰੋਂ ਨੰਬਰ ਚੱਲ ਰਹੇ ਨੰਬਰ ਚੱਲ ਰਹੇ ਨੰਬਰ ਚਲਾਏ ਨਾ ਸੀ ਸੁਬਹਾ ਤਕਰੀਬਨ 7-8 ਵਜੇ ਦਾ ਟਾਈਮ ਓਕੇ ਸੂਰਜ ਇੰਜ ਕਰਕੇ ਤਲੂ ਹੋਇਆ ਓਕੇ ਇੰਜ ਫਰੇਮ ਹਵੇਲੀ ਤੇ ਗਿਆ ਇੰਜ ਕਰਕੇ ਹਵੇਲੀ ਤੋਂ ਆਇਆ
ਸੂਰਜ ਤੇ 5:30 ਵਜੇ ਤਲੂ ਹੁੰਦਾ 7-8 ਵਜੇ ਪੱਕਾ ਕਰਕੇ ਤਲੂ ਕਰਨ ਵਾਜ਼ੇ ਹੋ ਗਿਆ ਪਤਲਾ ਨਹੀਂ ਸੀ ਪੂਰਾ ਪਕਾ ਕੇ ਅੱਛਾ ਕੱਚਾ ਕੱਚਾ ਨਹੀਂ ਇਸ ਤਰ੍ਹਾਂ ਸਰ ਸਲੋ ਸਲੋ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਹਾਂਜੀ ਮੇਰੇ ਵੱਲੋਂ ਅੱਛਾ ਇਸ ਤਰ੍ਹਾਂ ਨਾ ਕਰੋ ਇਸ ਤਰ੍ਹਾਂ ਨਾ ਤੁਹਾਡੇ ਹੱਥ ਕੈਮਰੇ 'ਚੋਂ ਬਾਹਰ ਨਿਕਲ ਜਾਂਦੇ ਨੇ ਸੂਰਜ ਇਧਰੋਂ ਤਰੂ ਕਰੋ ਖੱਬੇ ਵਾਲੀ ਸਾਈਡ ਲਓ ਜੀ ਇਸ ਤਰ੍ਹਾਂ ਸੂਰਜ ਵੱਲੋਂ ਕੈਮਰਾ ਪਏਗਾ ਇੰਜ ਹਵੇਲੀ ਤੇ ਵੱਜਦਾ ਵੱਜਦਾ ਕੰਮ ਏ ਕੰਮ ਕਰ ਰਹੇ ਆ ਮੱਝਾਂ ਨਵਾ ਰਹੇ ਕੋਈ ਪੱਠੇ ਪਾ ਰਿਹਾ ਕੋਈ ਕੁਛ ਕਰ ਰਿਹਾ ਯਾਨੀ ਇੱਕ ਮਾਹੌਲ ਦਿਖਾਇਆ ਮਾਹੌਲ ਦਿਖਾਇਆ ਓਕੇ ਇੰਜ ਮਾਹੌਲ ਦਿਖਾਇਆ ਵਾ ਤੇ ਯਕਦਮ ਕੈਮਰਾ ਇੱਕ ਖੁਰਲੀ ਤੇ ਗਿਆ ਖੁਰਲੀ ਤੇ ਜੀ ਪੱਠਿਆਂ ਵਾਲੀ ਪੱਠਿਆਂ ਵਾਲੀ ਖੁਰਲੀ ਤੇ ਅੱਛਾ ਉਹਦੇ ਵਿੱਚ ਹੀਰੋ ਸੁੱਤਾ ਵਾਹ ਵਾਹ ਤੇ ਕੱਟਾ ਉਹਦਾ ਮੂੰਹ ਝੜ ਰਿਹਾ ਵਾਹ ਵਾਹ ਇੱਥੇ ਪਹਿਲਾ ਹੀਰੋ ਦਾ ਸੀਨ ਹੈ ਜੀ ਇੰਟਰੀ ਕੱਟਾ ਉਹਦਾ ਮੂੰਹ ਝੜ ਰਿਹਾ ਤੇ ਹੀਰੋ ਸੁੱਤਾ ਦਰਵਾਜ਼ੇ ਚ ਆਇਆ ਵੱਡੇ ਮਰਕਜ਼ੀ ਹਵੇਲੀ ਦੇ ਦਰਵਾਜ਼ੇ ਤੇ ਇੰਜ ਕਰਕੇ ਉਹਨੇ ਖੋਲਿਆ ਬੈਕਗ੍ਰਾਉਂਡ ਮਿਊਜ਼ਿਕ ਹੀਰਵਨ ਜਿਹੜੀ ਆਉਣੀ ਉਹ ਲੈ ਕੇ ਇਹਨੇ ਆਉਣੀ ਤੂੰ ਨਿਕਲ ਤੂੰ ਲੈ ਕੇ ਆ ਪਤਾ ਤੇਰੇ ਆਉਂਦਿਆਂ ਨੂੰ ਫਿਰ ਸ਼ੂਟਿੰਗ ਸ਼ੁਰੂ ਨਹੀਂ ਜਾ ਲੈ ਕੇ ਆ ਫਿਲਮ ਦੀ ਹੀਰੋਇਨ ਆ ਫਿਲਮ ਦੀ ਹੀਰੋਇਨ ਆ ਉਹ ਯਾਰ ਘੋੜੇ ਨੇ ਜੋ ਅੱਲੋ ਭਾਈ ਜਦੋਂ ਘੋੜੇ ਨੇ ਦਲਤੀ ਮਾਰਨੀ ਹੀਰੋ ਦੇ ਉਹ ਸੀਨ ਤੋਂ ਸਟਾਰਟ ਲਵੋ ਹਾਂ ਯਾਰ ਭਾਈ ਨਾ ਹਲੇ ਤੇ ਸ਼ੁਰੂ ਹੋਇਆ ਪਹਿਲਾ ਸੀਨ ਆ ਇਹ ਅੱਗੇ ਆਏਗਾ ਨਾ ਪਹਿਲੇ ਹੀ ਨਾ ਹੀਰੋ ਨੂੰ ਭਜਾਉਣ ਵਾਲੇ ਕੰਮ ਕਰੋ ਲਓ ਸਰ ਤੁਹਾਡੇ ਤੇ ਕੈਮਰਾ ਆਇਆ ਚੌਧਰੀ ਸਾਹਿਬ ਨੇ ਇੰਜ ਕਰਕੇ ਦਰਵਾਜ਼ਾ ਖੋਲ ਕੇ ਕਿਹਾ ਇੱਕ ਮਿੰਟ ਠਹਿਰ ਜਾ ਜੀ ਇਹਨੂੰ ਪਹਿਲੇ ਚੁੱਪ ਕਰਾ ਐੜਾ ਮਿੰਟ ਕੇ ਬਾਅਦ ਵਿੱਚ ਬਕਵਾਸ ਕਰਦਾ ਨਾ ਇਹ ਲੱਤ ਇਹਨੇ ਪਿਛਲੇ ਸ਼ੋਅ 'ਚ ਵੀ ਇੱਦਾਂ ਹੀ ਕਿਹਾ ਸੀ ਨਹੀਂ ਇਹਨੇ ਕਿਹਾ ਉਹ ਠੀਕ ਆ ਵੀ ਫਿਲਮ 'ਚ ਮੇਰੀ ਲੱਤ ਟੁੱਟਣੀ ਜਾਂ ਲੜਾਈ ਹੋਣੀ ਉਹ ਮੈਨੂੰ ਤੁਸੀਂ ਦੱਸੋ ਇਹ ਸਿਰਫ ਮਤਲਬ ਇਹਨੂੰ ਤੁਸੀਂ ਇਹੀ ਕੈਟਾਗਰੀ ਦੱਸੀ ਇਕੱਲੀ ਲੇਕਿਨ ਮਾਹੌਲ ਖੁਸ਼ਗਵਾਰ ਤੇਰੇ ਕੋਲ ਸਿਰਫ ਟੁੱਟ ਭਾਜੀ ਆ ਨਹੀਂ ਸਹੀ ਸੀਨ ਹੈਗੇ ਹਾਲੇ ਫਿਲਮ ਹਾਲੇ ਖੁਰਲੀ ਚ ਕੱਟਾ ਮੈਨੂੰ ਹਾਲੇ ਚੱਟਣ ਦਿਆ ਤੂੰ ਨਾਲ ਹੀ ਦਲੱਤੀ ਕਿੱਥੇ ਵੱਜਣੀ ਉਹਨਾਂ ਨੇ ਮੈਨੂੰ ਸਾਰੀ ਫਿਲਮ ਸੁਣਾਈ ਹੋਈ ਯਾਰ ਖੈਰ ਤੇ ਜਾਣਾ ਹਾਲੇ ਚਲੋ ਲਓ ਜੀ ਇੰਜ ਕਰਕੇ ਚੌਧਰੀ ਆਇਆ ਚੌਧਰੀ ਵਿਹੜੇ ਦੇ ਵਿੱਚ ਆ ਕੇ ਖਲੋਤਾ ਉਹਨੇ ਇੰਜ ਢਾਕਾ ਤੇ ਹੱਥ ਰੱਖਿਆ ਉਹਨੇ ਕਿਹਾ ਓਏ ਪੱਪੇ ਹੀਰੋ ਦਾ ਨਾਮ ਪੱਪਾ ਲੋ ਸਰ ਡਿਫਰੈਂਟ ਨਾਮ ਹੈ ਦੂਸਰੀ ਵਾਰੀ ਜਦੋਂ ਚੌਧਰੀ ਸਾਹਿਬ ਨੇ ਕਿਹਾ ਪੱਪੇ ਪੱਪੇ ਹੋਣੀ ਨਹੀਂ ਕੱਟੇ ਨੇ ਫਿਰ ਉਹਨੂੰ ਉਠਾਇਆ ਥੋੜਾ ਫਾਰਵਰਡ ਕਰੋ ਅੱਛਾ ਜੀ ਉਹ ਚੌਧਰੀ ਨੇ ਕਿਹਾ ਕਿ ਪੱਪਿਆ ਨਿੱਕਾ ਹੁੰਦਾ ਸੀ ਜਦੋਂ ਤੈਨੂੰ ਮੈਂ ਲੈ ਕੇ ਆਇਆ ਸੀ ਆਪਣੇ ਘਰ ਮੈਂ ਤੈਨੂੰ ਉਦੋਂ ਦਾ ਪਾਲਿਆ ਮੈਂ ਤੇਰੇ ਤੇਰੇ ਨਾਲ ਇੰਨਾ ਪਿਆਰ ਕੀਤਾ ਹੈ ਤੂੰ ਮੇਰਾ ਕਾਮਾ ਨੀ ਤੂੰ ਮੇਰਾ ਪੁੱਤਰ ਹੈ ਇਹ ਡਾਇਲੌਗ ਨੇ ਚੌਧਰੀ ਦੇ ਅੱਛਾ ਵੈਸੇ ਮੈਂ ਕਾਮਾ ਵਾਂ ਹਾਂ ਤੁਸੀਂ ਕਾਮੇ ਹੋ ਨਾ ਖੁਰਲੀ 'ਚ ਸੁੱਤਾ ਵਾਂ ਲੇਕਿਨ ਕੱਟਾ ਮੈਨੂੰ ਚੱਟਣ ਦੇ ਆ ਹਾਂ ਠੀਕ ਹੋ ਗਿਆ ਦੇਖੋ ਕਾਮਾ ਬਣਦਾ ਕੀ ਜਦੋਂ ਅੱਛਾ ਅੱਗੇ ਜਾਨੀ ਕਾਮੇ ਨੇ ਤਰੱਕੀ ਕਰਨੀ ਹਾਂ ਜਦੋਂ ਚੌਧਰੀ ਨੇ ਅੱਜ ਕਰਕੇ ਉਹਨੂੰ ਡਾਇਲੌਗ ਬੋਲੇ ਨੇ ਤੇ ਚੌਧਰੀ ਦੀਆਂ ਅੱਖਾਂ ਭਰ ਗਈਆਂ ਚੌਧਰੀ ਨੇ ਜੇਬ 'ਚ ਪੈਸੇ ਕੱਢੇ ਕਹਿੰਦਾ ਜਾ ਪੱਪੇ ਪੁੱਤੀ ਲੈ ਕੇ ਆ ਓਏ ਹੋਏ ਹੋਏ ਨਹੀਂ ਇਹ ਪੱਤੀ ਤੈਨੇ ਮੰਗਵਾਉਣੀ ਤੇ ਰੋ ਕੇ ਕੋ ਕਹਿ ਰਿਹਾ ਉਹ ਬਚਪਨ ਦਾ ਉਹਦੇ ਕੋਲ ਆ ਠੀਕ ਆ ਬਚਪਨ ਦਾ ਕੋਲ ਆ ਪਰ ਰੋ ਕੇ ਕੋ ਕਹਿ ਰਿਹਾ ਵੀ ਪੱਤੀ ਲੈ ਕੇ ਇਹ ਕੋ ਕਹਿ ਰਿਹਾ ਯਾਰ ਸੁਣੋ ਸਿਚੁਏਸ਼ਨ ਇਹ ਪੱਤੀ ਉਹਨੂੰ ਤੁਹਾਡੀ ਮਾਂ ਦੀ ਕਬਰ ਤੇ ਪਾਉਣੀ ਉਹਨੂੰ ਕਾਹਦਾ ਦੁੱਖ ਚੜਿਆ ਹੈ ਸਰ ਸਿਚੁਏਸ਼ਨ ਇਹ ਹੈ ਸਿਚੁਏਸ਼ਨ ਮਤਲਬ ਇਹ ਆ ਤੁਸੀਂ ਛੂਸੇ ਕੰਮ ਕਰਨਾ ਕੋਈ ਪੈਸੇ ਲੈਣੇ ਤੁਸੀਂ ਸੁਣੋ ਡਰ ਅੱਲਾ ਦੇ ਬੰਦੇ ਮੈਨੂੰ ਕੋਈ ਸਮਝ ਵੀ ਤੇ ਆਵੇ ਸਮਝ ਜੋ ਇਹ ਬਾਹਰ ਆਇਆ ਵਾ ਮੈਂ ਚੰਗਾ ਭਲਾ ਸੁੱਤਾਂ ਤੇ ਆ ਕੇ ਸਿੱਧਾ ਕਵੇ ਯਾਰ ਪੱਪੇ ਜਾ ਪੱਤੀ ਲੈ ਗਿਆ ਪੱਤੀ ਲੈ ਕੇ ਮਤਲਬ ਪੱਤੀ ਉਹਨੇ ਕਿੱਥੇ ਜ਼ਖਮਾਂ ਤੇ ਲਾਉਣੀ ਕਿਤੇ ਇਸ ਸੀਨ ਚ ਉਹਨੂੰ ਕਾਹਦਾ ਦੁੱਖ ਚੜਿਆ ਤੁਸੀਂ ਪੈਸੇ ਲੈਣੇ ਕੰਮ ਕਰਨਾ ਹੈਗਾ ਤੁਸੀਂ ਮੈਂ ਪੈਸੇ ਲੈ ਕੇ ਤੂੰ ਮੈਨੂੰ ਜਿੱਥੇ ਮਰਜ਼ੀ ਕੰਮ ਕਰਾ ਲਵੇਂ ਮੈਂ ਉੱਥੇ ਕਰ ਦਵਾਂ ਉੱਥੇ ਲੈ ਫਿਲਮ ਵੱਡੀ ਫਿਲਮ ਹੈ ਐਵੇਂ ਹੀ ਮੈਨੂੰ ਜੋ ਮਰਜ਼ੀ ਕਰਨਾ ਐਵੇਂ ਕਰਾ ਦਵਾਂ ਮੈਂ ਹੀਰੋ ਨੂੰ ਪਹਿਲੇ ਸਕ੍ਰਿਪਟ ਪੜਨਾ ਪੈਂਦਾ ਵਾ ਉਹ ਸਕ੍ਰਿਪਟ ਹੀ ਸੁਣਾਉਣ ਦੇ ਨੇ ਤੁਹਾਨੂੰ ਇਹ ਕਿਹੜਾ ਸਕ੍ਰਿਪਟ ਆ ਪੱਤੀ ਲੈ ਕੇ ਪੱਤੀ ਕੀ ਕਰਨੀ ਉਹਨੇ ਆਹੋ ਸਰ ਚਾਹ ਬਣਾਣੀ ਹੈ ਚਾਹ ਨਾਲ ਮਾਂ ਦੇ ਫੋੜੇ ਤੇ ਲਾਉਣੀ ਇੰਨੇ ਰੋਣ ਦਿਆ ਪੱਤੀ ਉਹਨੇ ਕਿੱਥੇ ਲਾਉਣੀ ਹੈ ਐਡੀ ਪੱਤੀ ਕਿਹੜੀ ਮਤਲਬ ਐਡੀ ਦੱਸ ਨਾ ਭਾਜੀ ਮੇਰੀ ਗੱਲ ਸੁਣੋ ਰੋਗ ਹੈ ਪੱਤੀ ਲੈ ਗਿਆ ਲੈ ਉਦਾਂ ਗੈਪ ਪੱਤੀ ਲੈ ਗਿਆ ਨਹੀਂ ਨਾ ਹੀਰੋ ਵੀ ਕੋਈ ਥੋੜਾ ਮਸ਼ਵਰਾ ਦੇ ਸਕਦਾ ਨਹੀਂ ਮਸ਼ਵਰਾ ਉਹਨਾਂ ਨੇ ਡਾਇਰੈਕਟਰ ਉਹਨਾਂ ਨੇ ਅੱਛਾ ਜੀ ਪੱਤੀ ਲੈ ਗਿਆ ਕਹਿ ਲਿਆ ਜੀ ਅੱਗੇ ਚਲੋ ਉਹਨੇ ਹੀਰੋ ਗਿਆ ਪੱਤੀ ਲੈਣ ਲਈ ਅੱਛਾ ਫਰੇਮ ਕੱਟ ਹੋਇਆ ਅੱਛਾ ਉਧਰੋਂ ਫਰੇਮ ਪਹੁੰਚਿਆ ਇੱਕ ਪਗ ਡੰਡੀ ਹੈ
ਫਸਲਾਂ ਦੇ ਵਿੱਚੋਂ ਇੱਕ ਸੜਕ ਆ ਰਹੀ ਉਹਦੇ ਤੇ ਇੱਕ ਮਜ਼ਲੂਮ ਬੰਦਾ ਜਨ 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 ਦੌੜ ਰਿਹਾ ਪਜਾਓ ਬਚਾਓ ਬਚਾਓ ਕਰ ਰਿਹਾ ਹੀਰੋ ਨੂੰ ਫੜ ਲਿਆ ਉਹ ਨਹੀਂ ਮੇਰੇ ਬਗੈਰ ਜਦ ਤੋਂ ਨਹੀਂ ਜਾਣਾ ਜੁਣਾ ਭਾਈ ਇੱਧਰ ਵੇਖੋ ਚਾਚਾ ਪ੍ਰੋਡਿਊਸਰ ਕੀ ਬਣ ਗਿਆ ਪੈਸਾ ਹੀ ਬੋਲਣ ਦਿਆ ਤੇਰਾ ਚਲੋ 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 ਯਾਰ ਹੀਰਵੰਤ ਤੇ ਮੰਗਾ ਲਓ ਨਾ ਉਹਨੀ ਦੇਰ ਉਹਨੂੰ ਨਹੀਂ ਸਕ੍ਰਿਪਟ ਸੁਣਾਉਣਾ ਨਾਲ ਉਹਨੂੰ ਸੁਣਾ ਦਿੱਤਾ ਸੀ ਉਹ ਤਾਂ ਵਟਸਐਪ ਨਹੀਂ ਮੇਰੇ ਨਾਲ ਬਹਿ ਕੇ ਸਾਡੀ ਅੰਡਰਸਟੈਂਡਿੰਗ ਤੇ ਹੋਏਗੀ ਨਾ ਮਿਰਚੁਅਲ ਉਹ ਗੱਡੀਆਂ ਜਿਹੜੀਆਂ ਸਹੀ ਹੈ ਇੰਨਾ ਕੋ ਚਾਬੀ ਆ ਇੰਜ ਕਰਕੇ ਪਿੱਛੋਂ ਘੋੜੇ ਆ ਰਹੇ ਟਕ 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 ਉਹ ਬੰਦਾ ਇੰਜ ਪੱਚ ਰਿਹਾ ਇੰਜ ਬਚਾਓ ਬਚਾਓ ਕਰ ਰਿਹਾ ਨਾ ਬਚਾਓ ਬਚਾਓ ਕਰ ਰਿਹਾ ਪਿੱਛੋਂ ਨਾ ਘੋੜੇ ਵਾਲੇ ਆ ਕੇ ਐਂ ਕੀਤਾ ਤੇ ਉਹ ਚੌਧਰੀ ਤੇ ਪੱਤੀ ਕਿੱਥੇ ਆ ਉਹ ਸੀ ਦੂਸਰਾ ਸੀ ਉਹ ਪਹਿਲਾ ਸੀਨ ਸੀਗਾ ਅੱਛਾ ਦੂਜਾ ਸੀਨ ਆ ਆਹੋ ਉਹ ਇੰਜ ਕਰਕੇ ਉਹ ਯਾਰ ਇੱਕ ਮਿੰਟ ਇਹ ਉਹ ਸੀਨ ਤਾਂ ਨਹੀਂ ਜਿਹੜਾ ਕਹਿੰਦੇ ਸੀਨ ਖੇਤੋਂ ਮੈਂ ਗਈ ਤੇ ਨਹੀਂ 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 ਹੋ ਰਹੀ ਆ ਤੁਹਾਡੀ ਮਿਹਰਬਾਨੀ ਇਸ ਫਿਲਮ ਕਰਨੀ ਇੰਨਾ ਵੱਡਾ ਸੀਨ ਤੁਸੀਂ ਸੁਣ ਉਹਨੇ ਇੰਜ ਕਰਕੇ ਜਦੋਂ ਘੋੜੇ ਤੋਂ ਲੱਥਿਆ ਇੱਕ ਬੰਦਾ ਉਹਨੇ ਇੰਜ ਕਰਕੇ ਮੁੱਛਾਂ ਨੂੰ ਤਾਉ ਦਿੱਤਾ ਤੇ ਉਧਰੋਂ ਗੰਡਾਸਾ ਫੜਿਆ ਤੇ ਉਸ ਬੰਦੇ ਦੀ ਧੌਣ ਲਾ ਕੇ ਰੱਖ ਦਿੱਤੀ ਤੇ ਹੱਸ ਹੱਸ ਕੇ ਸਾਰੇ ਉਹਨੂੰ ਠੁੱਡੇ ਮਾਰ ਕੇ ਚਲ ਗਏ ਸਾਲਿਓ ਤੁਹਾਡੇ ਤੁਹਾਡੇ ਐਕਸਪ੍ਰੈਸ਼ਨ ਹੀ ਪੁੱਠੇ ਨੇ ਜਿੱਥੇ ਹੱਸ ਕੇ ਕਹਿਣਾ ਚਾਹੀਦਾ ਸੀ ਪੁੱਤਰ ਪੱਤੀ ਲੈ ਕੇ ਉੱਥੇ ਰੋ ਕੇ ਕਹਿ ਦਿੰਦੇ ਆ ਜਿੱਥੇ ਧੌਣਾ ਲਾਉਂਦੇ ਆ ਉੱਥੇ ਹੱਸ ਹੱਸ ਕੇ ਲਾਉਂਦੇ ਜ਼ਾਲਮ ਧੌਣਾ ਕੇ ਹੱਸਦਾ ਕਿ ਮਿੰਟ ਯਾਰ ਜਦੋਂ ਹੀਰੋ ਕਮਾਦਾਂ ਚੋਂ ਨਿਕਲਿਆ ਵਾ ਦਲਦਲ ਚ ਡਿੱਗਣਾ ਉਹ ਵੀ ਨਹੀਂ ਡਿੱਗਿਆ ਤੁਸੀਂ ਉਹ ਤੇ ਤੀਸਰਾ ਚੌਥਾ ਸੀ ਨਾ ਅੱਗੇ ਆ ਚਾਰ ਵਾਲੀ ਦਲਦਲ ਚ ਇੰਜ ਕਰਕੇ ਬੰਦਾ ਕਤਲ ਹੋਇਆ ਸੀਨ ਕੱਟ ਹੋਇਆ ਤੇ ਚੌਧਰੀ ਦੇ ਵਿਹੜੇ ਚ ਉਹ ਹੀ ਬੰਦਾ ਜਿਹਨੇ ਕਤਲ ਕੀਤਾ ਉਹ ਚੌਧਰੀ ਦਾ ਪੁੱਤਰ ਹੈ ਅੱਛਾ ਹਾਂ ਤੇ ਮੈਂ ਕਾਮਾ ਤੁਸੀਂ ਕਾਮੇ ਹੋ ਚੌਧਰੀ ਦੇ ਪੁੱਤਰ ਨੇ ਬਾਹਰ ਬੰਦਾ ਕਤਲ ਕਰ ਦਿੱਤਾ ਉਹ ਘਰ ਆਇਆ ਉਹਨੇ ਘਰ ਆ ਕੇ ਕਿਹਾ ਅੱਬਾ ਇੱਥੋਂ ਸਟੋਰੀ ਜੁੜੀ ਉਹ ਤੂੰ ਹੀਰਵਨ ਫੜ ਲਿਆ ਮੈਂ ਤੇ ਕਹਿੰਦਾ ਇਹਨੂੰ ਤਾਂ ਭੇਜ ਯਾਰ ਕਾਹਦੇ ਤੂੰ ਤੁਹਾਨੂੰ ਉਹ ਯਾਰ ਇੱਕ ਮਿੰਟ ਉਰੇ ਆ ਨਾ ਮੈਨੂੰ ਰਕਸ਼ੇ ਦਾ ਕਿਰਾਇਆ ਦੇਣਾ ਨਹੀਂ ਰਹਿਣ ਦੇ ਤੁਸੀਂ ਛੱਡ ਦੇ ਤੁਸੀਂ ਬੈਠੇ ਨੇ ਪ੍ਰੋਡਿਊਸਰ ਤੂੰ ਮੇਰੀ ਗੱਲ ਨਹੀਂ ਇੱਥੇ ਲਿਆਵਾਂਗੇ ਜਿੱਥੇ ਸ਼ੂਟ ਕਰਨਾ ਉੱਥੇ ਲਿਆ ਮੈਂ ਕਹਿੰਦਾ ਤੂੰ ਉਹਨੂੰ ਲੈ ਕੇ ਆ ਨਾ ਪਹਿਲੇ ਚਲੋ ਦੂਜੇ ਸਟੂਡੀਓ ਚ ਲੈ ਆ ਓਕੇ 500 ਰਕਸ਼ੇ ਲੈਂਦੇ ਦੀ 500 ਤੂੰ ਰੱਖ ਲਈ ਉਹ ਭਾਈ ਨਖਰੇ ਬੜੇ ਕਰਦੀ ਆ 500 ਨਹੀਂ ਰੱਖਦੀ ਇਹਨੇ 1500 ਤੇ ਮੰਨਣਾ ਮੰਗਾਓ ਯਾਰ ਉਹ ਹੀਰਵਨ ਕਾਦੀ ਆ ਉਹ ਨਾ ਮਾਫ ਕਰੇ ਯਾਰ ਇਹ ਸਾਨੂੰ ਕੀ ਸਮਝਣ ਦੇ ਓਏ ਉਹਨੂੰ ਭਾਜੀ ਹੀਰਵਨ ਨਾਲ ਮੇਰਾ ਮੈਂ ਉਧਰਾਂ ਤਰਾ ਦੇਖੂੰਗਾ ਕੁਝ ਰਚਾਓ ਹੋਏਗਾ ਸਾਡਾ ਸੀਨ ਬਣੇਗਾ ਉਧਰੋਂ ਉਹ ਸੈੱਟ ਤੇ ਪਹੁੰਚੇ ਉਧਰੋਂ ਮੈਂ ਪਹੁੰਚਾ ਸਾਡੀ ਆਪਸ ਚ ਵਾਕਫੀਅਤ ਹੀ ਨਾ ਹੋਵੇ ਭਾਜੀ ਉਹਨੂੰ ਅਸੀਂ ਦੱਸਣਾ ਹੀ ਨਹੀਂ ਕਿ ਤੁਸੀਂ ਖੇਤਾਂ ਚ ਆਸ਼ਕੀ ਮਸ਼ੂਕੀ ਵਾਲਾ ਗਾਣਾ ਕਰਾਉਂਦੇ ਹੋਵੇ ਅਸੀਂ ਇੱਕ ਦੂਜੇ ਦਾ ਇਹਤਰਾਮ ਕਰੀ ਜੀਏ ਫਾਇਦਾ ਮੈਂ ਤੁਹਾਡੀ ਹੀਰਵਨ ਨਾਲ ਲੈਦਾ ਨਾ ਫਿਲਮ ਕਰਾ ਦਾ ਮੇਰਾ ਮਤਲਬ ਇਹ ਮਸ਼ਰਕੀ ਜੀ ਫਿਲਮ ਬਣਨ ਦੀ ਚ ਹੀਰੋਨ ਐਡੀ ਛੇਤੀ ਨਹੀਂ ਆਉਂਦੀ ਹੁੰਦੀ ਨਹੀਂ ਉਹ ਕਮਾਦਾਂ ਚ ਖੇਤਾਂ ਚ ਪਿੰਡ ਦਾ ਜੋ ਮਾਹੌਲ ਆ ਚਾਹੁੰਦਾ ਪਿੰਡ ਦਾ ਮਾਹੌਲ ਆ ਤੇ ਉਹ ਫਸਲਾਂ ਚ ਨੱਚ ਕੇ ਤੇ ਧੋਤੀ ਪਾ ਕੇ ਹੀਰਵਨ ਨੇ ਤੇ ਉਹ ਠਹਿਰ ਜੋ ਇੱਕ ਮਿੰਟ ਫਿਲਮ ਦਾ ਮੂੰਹ ਮੱਥਾ ਬਣਾ ਲੈਂਦੋ ਸ਼ੁਰੂ ਚ ਤੁਹਾਨੂੰ ਕੁੜੀ ਪਾ ਦਈਏ ਕਤਲ ਹੋਇਆ ਵਾ ਤਾਂ ਉਹਦੇ ਕੋਲੋਂ ਤੇ ਉਹਨੇ ਆਣ ਕੇ ਕਿਹਾ ਉਹਨੇ ਕਹਾ ਅੱਬਾ ਮੈਂ ਪਿੰਡ ਦਾ ਮਾਸਟਰ ਮਾਰ ਆਇਆ ਵਾਂ ਤੇ ਪੱਪੇ ਨੂੰ ਕਹਿ ਉਹਦਾ ਕਤਲ ਆਪਣੇ ਸਿਰ ਲੈ ਲਵੇ ਯਾਰ ਉਹ ਬੂਲੀ ਕੁੱਤੇ ਨੇ ਜਿੱਥੇ ਲੱਤ ਪਾਣੀ ਰੋਦੀ ਉਹ ਕਿੱਥੇ ਸੀਨ ਯਾਰ ਹੀਰੋ ਇੰਜ ਹੱਥ ਚ ਪੱਤੀ ਦਾ ਛਾਪਰ ਘੁਮਾਉਂਦਾ ਆ ਰਿਹਾ ਵਾ ਉਹ ਆਪਣੇ ਫੁੱਲ ਮਾਹੌਲ ਚ ਆ ਰਿਹਾ ਮਜ਼ੇ ਚ ਆ ਕੇ ਚੌਧਰੀ ਦਾ ਮਤਮਾਦ ਵਾਲਾ ਬੰਦਾ ਕੰਮ ਉਹਨੇ ਇੰਜ ਪੱਤੀ ਘੁਮਾਉਂਦਾ ਆ ਰਿਹਾ ਤੇ ਚੌਧਰੀ ਨੇ ਕਿਹਾ ਪੱਤੀ ਇੱਥੇ ਹੀ ਛੱਡ ਦੇ ਤੇ ਮੇਰੀ ਗੱਲ ਸੁਣ ਕਾਮਿਆ ਅੱਜ ਪੱਪਾ ਉਹਨੇ ਕਿਹਾ ਪੱਪੇ ਕਾਮਾ ਨਹੀਂ ਕਹਿਣਾ ਮੈਨੂੰ ਉਹਨੇ ਕਿਹਾ ਪੱਪੇ ਮੈਂ ਤੈਨੂੰ ਪਾਲ ਪੋਸ ਕੇ ਜਵਾਨ ਕਰ ਲਿਆ ਜਵਾਨ ਹੋ ਗਿਆ ਹੀਰੋ ਜਾ ਹੀਰਵਨ ਫੜ ਲਿਆ ਹੀਰੋ ਜਵਾਨ ਹੋ ਗਿਆ ਹੁਣ ਮੇਰੀ ਗੱਲ ਸੁਣ ਹੀਰਵਨ ਕੋ ਝੰਡ ਲਵਾਣੀ ਹੈ ਤੁਹਾਨੂੰ ਕੀ ਟੈਨਸ਼ਨ ਲੈ ਝੰਡ ਨਿਆਣੇ ਦੀ ਜੰਮੇ ਤੇ ਲਵਾਈ ਦੀ ਜਵਾਨ ਹੋਣ ਤੇ ਕਿਹੜੀ ਲਵਾਈ ਦੀ ਇਹ ਕਿਹੜਾ ਲੈ ਜਾਈ ਤੁਸੀਂ ਲੈਣ ਦਾ ਨਹੀਂ ਉਹ ਕਿਸੇ ਆਂਟੀ ਦਾ ਮੁੰਡਾ ਉਹ ਉਹਨੂੰ ਤੁਸੀਂ ਕਈ ਜਾਣਦੇ ਵੀ ਯਾਰ ਉਹਨੇ ਕਿਹਾ ਹੀਰੋ ਜਵਾਨ ਹੋ ਗਿਆ ਇਹ ਨਹੀਂ ਪਾਉਂਦੇ ਤੇ ਤੁਸੀਂ ਆਓ ਮੇਰੇ ਨਾਲ ਮੈਨੂੰ ਪਤਾ ਕਿੱਥੇ ਉਹ ਤੇਰੀ ਮੈਨੂੰ ਸਮਝ ਆ ਗਈ ਆ ਤੂੰ ਮੇਰੇ ਜੇਬ ਚ ਪੈਸੇ ਵੀ ਵੇਖ ਲਏ ਆ ਮੈਂ ਕਹਿੰਦਾ ਹੁਣ ਕਿਸੇ ਹਿਸਾਬ ਨਾਲ ਨਿਕਲਾਂਗੇ ਨਾ ਖੈਰ ਲੋ ਮੈਂ ਤੇ ਲੈਦਾ ਕਰਨ ਦਾ ਤੁਹਾਨੂੰ ਕਿਹਾ ਕਰ ਲੋ ਠਹਿਰ ਜਾ ਮੈਂ ਠਹਿਰ ਜਾ ਹੀਰੋ ਜਿਹੜੀ ਕਈ ਹੋਈ ਲਿਆਈ ਜੇ ਲਿਆਉਣੀ ਵੀ ਹੋਈ ਠਹਿਰ ਜਾ ਪੱਪੇ ਨੂੰ ਉਹਨੇ ਕਿਹਾ ਕਿ ਕਤਲ ਆਪਣੇ ਸਿਰ ਲੈ ਲਾ ਤੇ ਸਾਰੀ ਜ਼ਿੰਦਗੀ ਦੇ ਸਾਨਾ ਦਾ ਬਦਲਾ ਹੀ ਪੱਪੇ ਨੇ ਕਿਹਾ ਨਾ ਚੌਧਰੀ ਨਾ ਮੇਰੀ ਤਸਵੀਰ ਡੇਗ ਪਈ ਨਾ ਪਿੱਛੋਂ ਮੈਂ ਦੰਦ ਕੱਢ ਦੇਣੇ ਬਾਹਰ ਭਾਈ ਡਾਇਲੌਗ ਖਾਨ ਸਾਹਿਬ ਤੋਂ ਅੱਗੇ ਅੱਗੇ ਹੱਥ ਰੱਖ ਭਾਜੀ ਪਹਿਲਾ ਸੀਨ ਜਾਣ ਵਾਲਾ ਹੈ ਕਿ ਨਹੀਂ ਸੁਣੋ ਡਾਇਲੌਗ ਸੁਣੋ ਹਾਂਜੀ ਉਹਨੇ ਕਿਹਾ ਚੌਧਰੀ ਜੇ ਅੱਜ ਤੀਕਰ ਤੂੰ ਮੇਰੇ ਤੇ ਸਾਨਾ ਦਾ ਬੋਝ ਪਾਇਆ
ਓ ਮੈਂ ਤੇਰੀ ਕੋਈ ਖਿਦਮਤ ਦੇ ਵਿੱਚ ਵੀ ਕੋਈ ਕਸਰ ਨਹੀਂ ਛੱਡੀ ਆ ਡਾਇਲੌਗ ਆ ਮੇਰੇ ਹਿਸਾਬ ਦੇ ਓਏ ਹਾਏ ਜੀਓ ਚੌਧਰੀ ਨੇ ਕਿਹਾ ਤੂੰ ਆਪਣੇ ਸਿਰ ਕਤਲ ਨਹੀਂ ਲੈਣਾ ਪੱਪੇ ਨੇ ਸਿਰ ਲਾ ਕੇ ਨਹੀਂ ਲੈਣਾ ਚੌਧਰੀ ਨਹੀਂ ਚੌਧਰੀ ਨਹੀਂ ਪੱਪੇ ਨੂੰ ਇੰਜ ਕਰਕੇ ਚੌਧਰੀ ਨੇ ਪੁਲਿਸ ਨੂੰ ਫੜਾ ਦਿੱਤਾ ਅੱਛਾ ਪੱਪੇ ਪੈਂਡਕਸ ਦਾ ਆਪਰੇਸ਼ਨ ਕਦੋਂ ਹੋਣਾ ਹੀਰੋ ਦਾ ਯਾਰ ਪੈਂਡਕਸ ਦਾ ਕਿਉਂ ਕਿਹੜਾ ਹੀਰੋ ਉੱਥੇ ਮਾਲਟੇ ਬੀਆਂ ਸਮੇਤ ਖਾਂਦਾ ਰਿਹਾ ਜਿਹੜੇ ਉਹਦੀ ਨਾੜ 'ਚ ਬੀ ਫਸੇ ਜਿਹੜੇ ਤੂੰ ਪੈਂਡਕਸ ਦਾ ਆਪਰੇਸ਼ਨ ਕਰਾਉਣਾ ਚਲੋ ਚਲੋ ਅੱਗੇ ਆਓ रुपये लाने चल पुलिस फड़ के लै गई चल अगे पुलिस फड़ के लै गई भाई उन्होंने थाने च बंद करता कि लिटर नहीं पवाने छित्र ते पवा तू को बंद करना वो मैं कोई हाले हरकत ही नहीं ऐसी की थी वो तो मैं हुण करने ही जाके सर तुसी हीरो प्रोड्यूसर ने मेरा तशद्दुद ही बनया पप्पे नू भाई पुलिस आई है एस एच ओ ने कहा सुट्टो इनू डाले च ਨਜਾਇਜ਼ ਫਰਾਮੋਸ਼ ਦੇ ਪੈਸੇ ਲਵਾਤੇ ਹੀਰੋ ਦੀ ਕੋਈ ਵੈਲਿਊ ਹੁੰਦੀ ਆ ਸਾਰਾ ਵੈਲਿਊ ਦੇਖੋ ਬਣਨ ਲੱਗੀ ਇੰਜ ਕਰਕੇ ਜੇਲ੍ਹ ਚ ਲੈ ਕੇ ਗਏ ਨੇ ਉਹਨਾਂ ਨੇ ਕਾਲ ਕੋਠਰੀ ਚ ਬੰਦ ਕਰਤਾ ਤੇ ਪਾਂਜਾ ਲਾਣਾ ਸ਼ੁਰੂ ਇਹ ਉਸ ਵਜ੍ਹਾ ਤੋਂ ਜਿਹੜਾ ਉਹਨੇ ਹੀਰੋ ਨੇ ਆਪਣੇ ਮੁੰਡੇ ਦੇ ਜਿਹੜਾ ਕਤਲ ਕੀਤਾ ਸੀ ਉਹਨੇ ਮੇਰੇ ਤੇ ਪਾਤਾ ਚੌਧਰੀ ਨੇ ਚੌਧਰੀ ਨੇ ਆਪਣੇ ਮੁੰਡੇ ਨੂੰ ਬਚਾਉਣ ਲਈ ਮੇਰੇ ਤੇ ਕਤਲ ਪਾਤਾ ਤੇ ਮੈਨੂੰ ਪੁਲਿਸ ਫੜ ਕੇ ਲੈ ਗਈ ਉਹਨੇ ਪੈਸੇ ਵੀ ਦਿੱਤੇ ਪੁਲਿਸ ਤੱਕ ਆਈ ਐਗਰੀ ਓਕੇ ਓਕੇ ਪਾਂਜਾ ਲੱਗਾ ਤੁਹਾਨੂੰ ਪਾਂਜਾ ਲੱਗਣਾ ਵਾ ਜਿਹੜੇ ਪਾਂਜਾ ਕੀ ਹੁੰਦਾ ਉਹ ਛਿੱਤਰ ਪੈਂਦੇ ਨੇ ਨਾ ਛਿੱਤਰ ਉਹ ਛਿੱਤਰ ਜਿਹੜੇ ਮਾਦਰਤ ਨਾਲ ਉਹ ਤੁਹਾਨੂੰ ਸਟੰਟਮੈਨ ਨਹੀਂ ਉਹ ਤੁਹਾਨੂੰ ਖਾਣੇ ਪੈਣੇ ਨਹੀਂ ਉਹ ਸਿਰਫ ਉੱਤੋਂ ਦਿਖਾਉਣਾ ਹੀ ਆ ਉਹਨਾਂ ਨੇ ਨਹੀਂ 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 ਰੀਅਲ ਸੀਨ ਸਾਡਾ ਹਰ ਸੀਨ ਰੀਅਲ ਕੋਈ ਉਹਦੇ 'ਚ ਦੋ ਨੰਬਰੀ ਨਹੀਂ ਵਾਂਗ ਕੋਈ ਹਰਾ ਕੱਪੜਾ ਨਹੀਂ ਲੱਗੇਗਾ ਕੋਈ ਰੱਸੇ ਨਹੀਂ ਪੈਣਗੇ ਐਕਸ਼ਨ ਸਾਰਾ ਜੈਨੂਇਨ ਹੋਏਗਾ ਪ੍ਰੋਬਲਮ ਉਹ ਵੇਖੀ ਉਹਨਾਂ ਨੇ ਸੀ ਨੋ ਸਰ ਗੁੱਡ ਗਿਆ ਬਹੁਤ ਉੱਤੇ ਸੌਰੀ ਸਰ ਇਹ ਕਰਨਾ ਮੈਂ ਪਾਂਜਾ ਲੱਗਣ ਤੋਂ ਬਾਅਦ ਉਹਨਾਂ ਨੇ ਕਿਹਾ ਇਹਨੂੰ ਬੰਦ ਕਰ ਦਿਓ ਦੋ ਤਿੰਨ ਮਹੀਨੇ ਇੰਜ ਘੜੀ ਚੱਲੀ ਹੈ ਤੇ ਲਿਖਿਆ ਆ ਅੱਛਾ ਦੋ ਤਿੰਨ ਮਹੀਨੇ ਮੈਂ ਜੇਲ੍ਹ ਚ ਆ ਇਕੱਲਾ 3 ਮੰਥਸ ਲੇਟਰ ਇਕੱਲਾ ਮੈਂ ਬੋਰ ਹੋ ਜਾਗਾ ਤੂੰ ਹੀਰਵਨ ਹੀ ਫੜ ਲਿਆ ਸ਼ੁਕਰ ਆਈ ਆਲਜ ਨਹੀਂ ਤੇ ਜਿੱਦਾਂ ਦੇ ਸੀਨ ਸੁਣਾਉਂਦੇ ਹੀਰਵਨ ਭੁੱਲ ਗਏ ਹੀਰਵਨ ਆਉਂਦੀ ਨਹੀਂ ਜੇਲ੍ਹ ਚ ਰੋਟੀ ਲੈ ਕੇ ਜਿਹੜੀ ਆ ਕਹਿੰਦੀ ਮੈਂ ਤੇਰੇ ਤੋਂ ਬਗੈਰ ਨਹੀਂ ਰਹਿ ਸਕਦੀ ਅੱਗੇ ਇਹ ਮੁਲਾਕਾਤ ਮੈਂ ਦੱਸਣ ਤੇ ਲੱਗਾ ਸੀ ਤੁਸੀਂ ਆਪ ਹੀ ਬੋਲ ਪੈਂਦੇ ਅੱਧੀ ਫਿਲਮ ਲੰਘ ਗਈ ਹੀਰਵਨ ਤੁਸੀਂ ਹਾਲ ਤੱਕ ਬਚਾ ਕੇ ਰੱਖੀ ਦੂਸਰਾ ਤੀਸਰਾ ਚੌਥਾ ਸੀ ਪੇਸ਼ ਕਰੋ ਜਦੋਂ ਹੀਰੋ ਨੂੰ ਪੁੱਠਾ ਲਮਕਾਇਆ ਪੁਲਿਸ ਵਾਲਿਆਂ ਨੇ ਉਹ ਸੀਨ ਕਿੱਥੇ ਆ ਦੱਸ ਯਾਰ ਤੂੰ ਮੇਰੀ ਗੱਲ ਸੁਣ ਹੀਰਵਨ ਮੰਗਾ ਮੇਰੇ ਨਾਲ ਦੋ ਤਿੰਨ ਸੀਨ ਕਰਾ ਉਸ ਤੋਂ ਬਾਅਦ ਲਟਕਾ ਲਈ ਮੈਨੂੰ ਪਤਾ ਤਾਂ ਲੱਗੇ ਨਾ ਵੀ ਮੈਂ ਕਿਸ ਵਜ੍ਹਾ ਤੋਂ ਲਟਕੇ ਆ ਉਹ ਯਾਰ ਹੀਰੋ ਨੇ ਪਿੰਡ 'ਚ ਧੋਤੀ ਬੰਨੀ ਆ ਸਲਵਾਰ ਪੀਸ ਪਾਈ ਆ ਉਹ ਜਦੋਂ ਪੁੱਠਾ ਲਟਕੂਗਾ ਤੇ ਸਾਰਾ ਕੁਝ ਥੱਲੇ ਆ ਜਾਂਦਾ ਤੇ ਉੱਥੇ ਜੇ ਹੀਰਵਨ ਆਈ ਉਹ ਤੇ ਸ਼ਰਮ ਨਾਲ ਮਰ ਗਈ ਨਾ ਨਹੀਂ ਸਰ ਅਸੀਂ ਥੱਲੇ ਤੁਹਾਨੂੰ ਨਾ ਤੁਸੀਂ ਕਿਸੇ ਹੋਰ ਚੱਕਰ ਚ ਵੈਸੇ ਕੰਨ ਪੱਟੀ ਤੇ ਪਿਸਤੌਲ ਰੱਖ ਕੇ ਲੈ ਲਓ ਮੈਨੂੰ ਕੋਈ ਜ਼ਲੀਲ ਕਰਨ ਹੀਰੋ ਦੇ ਵਾਲ ਵੀ ਵੱਧ ਗਏ ਨੌ ਵੀ ਵੱਧ ਗਏ ਖਿੱਚਣੇ ਸੀ ਅਸੀਂ ਸੱਸ ਖਿੱਚਣੀ
ਜੇਲ੍ਹ ਦੇ ਵਿੱਚ ਉਹਨਾਂ ਨੇ ਕਿਹਾ ਯਾਰ ਇਹਦੇ 'ਤੇ ਬਹੁਤ ਤਸ਼ੱਦਦ ਹੋ ਗਿਆ, ਹੁਣ ਇਹਨੂੰ ਆਮ ਇਨਸਾਨਾਂ ਵਾਲੀ ਜੇਲ੍ਹ 'ਚ ਉਹਨਾਂ ਨੇ ਆਮ ਜੇਲ੍ਹ 'ਚ ਜਿੱਥੇ ਮੁਲਾਕਾਤ ਦੀ ਵੀ ਇਜਾਜ਼ਤ ਹੁੰਦੀ ਆ ਉੱਥੇ ਸ਼ਿਫਟ ਕਰ। ਪੱਖਾ ਲੱਗਾ ਉੱਥੇ? ਪੱਖਾ ਵੀ ਲੱਗਾ ਅਤੇ ਨਾਲ ਪੱਖਾ ਲੱਗਾ ਸਾਰਾ ਪੱਖਾ ਸਿੱਟ ਉੱਤੇ ਮੇਰੇ ਪੱਖਾ ਨਹੀਂ ਸਿੱਟਣਾ। ਮੈਂ ਤਾਂ ਕਿਆ ਕਹੋਗੇ ਸਿੱਟ ਦੇ ਪੱਖਾ ਉੱਤੋਂ ਜਿਹੜਾ ਡਿੱਗਣਾ ਮੇਰੇ। ਨਹੀਂ ਨਹੀਂ ਹੀਰੋ ਦੀ ਅਸੀਂ ਤਜ਼ਲੀਲ 'ਤੇ ਨਹੀਂ ਨਾ ਕਰਨੀ। ਹਾਂ ਉਦੋਂ ਦਾ ਤਾਂ ਤੂੰ ਭਣਵਾਈਆ ਸਮਝਣੇ ਆ ਹੀਰੋ ਨੂੰ, ਤਜ਼ਲੀਲ ਨਹੀਂ ਕਰਨੀ। ਚਲੋ ਯਾਰ ਇਹ ਹੀਰੋ 6 ਮਹੀਨੇ ਬਾਅਦ ਨਾ ਹੀਰੋ ਦੀ ਇੱਕ ਮੁਲਾਕਾਤ ਆਈ ਹੈ ਉਹਨੂੰ ਡਿਪਟੀ ਦੇ। 6 ਮਹੀਨੇ ਅੰਦਰ ਉਹ ਕੀ ਕਰਦਾ ਰਿਹਾ? ਬੈਰਕ ਗਲਤ 'ਚ ਸੀ ਨਾ, ਜਿਹ 'ਚ ਕੋਈ ਨਹੀਂ ਜਾ ਸਕਦਾ ਉੱਥੇ ਸੀ, ਪੁੱਠਾ ਟੰਗਿਆ ਸੀ ਤੇ ਉਹਨੂੰ ਕੋ ਅੰਦਰ ਗੁੱਸਾ ਆ ਕੇ ਵੀ ਮੇਰੇ ਤੇ ਇਲਜ਼ਾਮ ਲਾਇਆ ਮੈਂ ਬਾਹਰ ਨਿਕਲ ਕੇ ਬਦਲਾ। ਹੀਰੋ ਦੀਆਂ ਅੱਖਾਂ ਭਰੀਆਂ, ਡੰਡ ਬੈਠਕਾਂ ਲਾਉਂਦਾ ਰਿਹਾ ਸਿਰਫ ਚੌਧਰੀ ਨੂੰ ਮਾਰਨ ਲਈ, ਸਿਰਫ ਇਹ ਦੁਆਵਾਂ ਮੰਗਦਾ ਸੀ ਕਿ ਮੈਂ ਇੰਤਕਾਮ ਲੈਣਾ, ਮੈਨੂੰ ਇੱਕ ਵਾਰੀ ਆਜ਼ਾਦੀ ਮਿਲ ਜੇ। ਲਓ ਜੀ ਮੁਲਾਕਾਤ ਆਈ ਆ ਤੇ ਉਹ ਇੱਕ ਸਿਆਣਾ ਜਿਹਾ ਬਾਬਾ ਆਇਆ ਪਿੰਡ ਦਾ, ਉਹਨੇ ਕਿਹਾ ਪੱਪੇ ਅੱਗੋਂ ਨਾ ਸੁਣਾਈ, ਚੌਧਰੀ ਨੇ ਤੇਰੇ ਪਿਓ ਦਾ ਕਤਲ ਕਰਤਾ। ਭਾਈ ਪੱਪੇ ਨੇ ਜੋਸ਼ ਨਾਲ ਇੰਜ ਸਲਾਖਾਂ ਕਰਕੇ ਖੁੱਲੀਆਂ ਕਰਤੀਆਂ ਬਾਹਰ, ਸਾਈਕਲ ਵੀ ਬਾਹਰ ਕੱਢਿਆ ਨਾ ਆਪਣਾ, ਸਾਈਕਲ ਨੀ ਯਾਰ ਹੀਰੋ ਮੌਤ ਦੇ ਖੂਹ ਚ ਕੈਦ ਕੀਤਾ ਉਹਨੂੰ, ਸਾਈਕਲ ਕਾਹਦਾ ਬਾਹਰ ਕੱਢਿਆ ਉਹਨੇ। ਭਾਜੀ ਹੀਰੋ ਨੇ ਬਾਹਰ ਨਿਕਲ ਕੇ ਇੰਜ ਕਰਕੇ ਸੀਟੀ ਮਾਰੀ ਆ, ਉਹਦੀ ਘੋੜੀ ਆ ਗਈ। ਅੱਛਾ ਘੋੜੀ ਵੀ ਆ? ਹਾਂ ਲੋ ਹੀਰੋ ਆ ਤੁਸੀਂ। ਅੱਛਾ ਅੱਛਾ ਹੀਰੋ ਦੀ ਘੋੜੀ ਉਹਨੇ ਸੀਟੀ ਮਾਰੀ ਤੇ 6 ਮਹੀਨੇ ਚ ਕੀ ਉਹਦਾ ਗਲਾ ਬੈਠਾ ਸੀ, ਉਹਨੇ ਉਦੋਂ ਕਿਉਂ ਨਹੀਂ ਮਾਰੀ? ਪਿਛਲੀਆਂ ਬੈਰਕਾਂ ਚੋਂ ਹਟ ਜਾ ਯਾਰ ਤੁਸੀਂ, ਕਿਹੜੀ ਸਰ ਤੁਸੀਂ ਜੇਲ੍ਹ ਬਦਲੀਏ। ਕਾਲ ਕੋਠਰੀ 'ਚ ਤੁਹਾਨੂੰ ਸੀਨ ਸੁਣਿਆ ਨੀ ਕਿ ਸ਼ਿਫਟ ਕੀਤਾ ਇੱਧਰ? ਆਮ ਕੋੜੇ ਨੀ ਮਾਰੇ, ਕੋੜੇ ਨੀ ਪਏ ਹੀਰੋ ਅੱਗੇ। ਕਿਹੜੇ ਰਿਸ਼ਤੇਦਾਰ ਉਹ ਕਹਿੰਦੇ ਐਂਟ ਤੇ ਪਾਵਾਂਗੇ ਹੀਰਵਨ, ਨਹੀਂ ਤੇ ਦੇਰ ਜਾਣੀ। ਉਹ ਇੰਜ ਕਰਕੇ ਭਾਜੀ ਘੋੜੀ ਦੇ ਉੱਤੇ ਬਹਿ ਕੇ ਹੀਰੋ ਗਿਆ ਟਕ 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 ਟਕ, ਸੀਨ ਆਇਆ ਸਲੋ ਮੋਸ਼ਨ ਦਾ, ਘੋੜੀ ਇੰਜ ਕਰਕੇ ਜੰਪ ਮਾਰਦੀ ਹੋਈ ਚੌਧਰੀ ਦੇ ਬੂਹੇ ਦੇ ਅੱਗੇ ਪਹੁੰਚੀ। ਉਹਨੇ ਇੰਜ ਕਰਕੇ ਘੋੜੀ ਹਿਲਾ ਕੇ ਕਹਿੰਦਾ ਚੌਧਰੀ ਮਾਰੋ। ਚੌਧਰੀ ਨੇ ਉੱਤੋਂ ਛੋਟੀ ਖਿੜਕੀ ਖੋਲੀ ਤੇ ਕਹਿੰਦਾ ਨਹਾਉਂਦੇ ਆ ਮੈਂ ਠਹਿਰ ਕੇ ਆਉਣਾ। ਉਹਨੇ ਭਾਈ ਘੋੜੀ ਟਪਾਈ ਆ ਅੰਦਰ, ਜੰਪ ਮਾਰ ਕੇ ਹਵੇਲੀ ਦੇ ਅੰਦਰ ਭਾਈ ਸਿੱਧਾ ਹੀ ਗਿਆ ਉਹਨੂੰ ਕਿਚਨ ਵੱਲ ਗਿਆ, ਉੱਥੇ ਕਰੇਲੇ ਗੋਸ਼ਤ ਪੱਕੇ ਸੀ, ਮਾੜੀ ਜੀ ਮਹਿਕ ਆਈ ਆ ਉਹ ਆਰੇ ਲੱਗ ਗਿਆ। ਚੌਧਰੀ ਨੇ ਫੇਰ ਪੁਲਿਸ ਬੁਲਾ ਲਈ, ਉਹ ਫੇਰ ਚੁੱਕ ਕੇ ਫੇਰ ਚੁੱਕ ਕੇ ਲੈ SHO ਦਾ ਫੇਰ ਇੱਥੇ ਡਾਇਲੋਗ ਓਏ ਸਿੱਟੋ ਇਹਨੂੰ ਡਾਲੇ ਚ। ਭਾਈ ਉਹ ਦੋ ਚਾਰ ਪੁਲਿਸ ਵਾਲਿਆਂ ਨੇ ਲੱਤਾਂ ਬਾਹਾਂ ਤੋਂ ਫੜ ਕੇ ਇੰਜ ਮਾਰਿਆ ਗੋਲਡਨ ਜੁਬਲੀ ਸਿਲਵਰ, ਉਹ ਜਿੱਥੇ ਬੁਸਿਆ ਸਾਲਣ ਖਾਧਾ ਉਹ ਵੀ ਨੀ ਯਾਰ। ਅੱਛਾ ਮੈਂ ਕਰ ਕਹਿੰਦਾ ਜਿੱਥੇ ਬੋਸਾ ਕਿਨਾਰ ਹੋਣਾ ਉਹ ਮੈਂ। ਲੋ ਸਰ ਜੇਲ ਹੋ ਗਈ ਆ ਦੁਬਾਰਾ, ਹੁਣ ਅੰਦਰ ਆਜ਼ਾਦੀ ਦੀਆਂ ਦੁਆਵਾਂ ਮੰਗ ਰਿਹਾ ਤੇ ਕਹਿੰਦਾ ਮੈਂ ਨੀ ਛੱਡਣਾ। ਉਹ ਜੇਲਰ ਆ ਗਿਆ, ਉਹਨੇ ਕਿਹਾ ਸੀਟੀ ਮਾਰਦਾ ਤੇ ਘੋੜੀ ਆ ਜਾਂਦੀ ਆ, ਇਹਦੇ ਮੂੰਹ ਚ ਟਾਟਰੀ ਪਾ ਦਿਓ। ਭਾਈ ਹਵਾਲਦਾਰ ਪਾਈਆ ਟਾਟਰੀ ਲਿਆ ਕੇ ਹੀਰੋ ਦੇ ਮੂੰਹ ਚ ਤੁੰਨ ਦਿੱਤਾ। ਹੀਰੋ ਤੜਫਦਾ ਵਾ, ਸੀਟੀਆਂ ਮਾਰਦਾ, ਥੁੱਕਾ ਨਿਕਲਦੀਆਂ ਸਿਰਫ ਸੀਟੀ ਨਹੀਂ ਆਵਾਜ਼ ਨਹੀਂ ਨਿਕਲਦੀ। ਹਾਂਜੀ ਘੋੜੀ ਵੀ ਗਈ। ਹੁਣ ਹੀਰੋ ਕਹਿੰਦਾ ਕਿ ਹੋਰ ਪਲਾਨ ਨਾਲ ਜੇਲ੍ਹ ਚੋਂ ਨੱਸਣਾ ਪੈਣਾ। ਉਹ ਨਕਸ਼ਾ ਬਣਾਉਂਦਾ ਵਾ ਤੇ ਜੇਲ੍ਹ ਤੋੜ ਕੇ ਤੇ ਨਿਕਲ ਜਾਂਦਾ ਬਾਹਰ, ਟਾਂਗਾ ਜਾ ਰਿਹਾ ਉਹਨੂੰ ਹੱਥ ਦਿੰਦਾ, ਟਾਂਗੇ ਵਾਲਾ ਬਹਾ ਲੈਂਦਾ ਵਿੱਚ ਹੋਰ ਵੀ ਸਵਾਰੀਆਂ ਬੈਠੀਆਂ ਹੁੰਦੀਆਂ। ਟਾਂਗੇ ਦਾ ਘੋੜਾ ਜਿਹੜਾ ਉਹ ਡਿੱਗ ਪੈਂਦਾ, ਘੋੜੇ ਦੇ ਮੂੰਹ ਚੋਂ ਚੇਗਾ ਤੇ ਘੋੜਾ ਮਰ ਜਾਂਦਾ। ਹੀਰੋ ਨੂੰ ਉਦੋਂ ਯਾਦ ਆਉਂਦਾ ਕਿ ਯਾਰ ਮੇਰੀ ਇੰਨੀ ਤਾਕਤ ਕਿੱਥੇ ਜਾਣੀ ਜਿਹੜੀ ਮੈਂ ਜੇਲ੍ਹ ਦੇ ਵਿੱਚ ਬਣਾਈ ਹੈ। ਹੀਰੋ ਇੰਜ ਕਰਕੇ ਉੱਠਦਾ ਤੇ ਟਾਂਗਾ ਇੰਜ ਕਰਕੇ ਮੋਢਿਆਂ ਤੇ ਰੱਖ ਕੇ ਤੇ ਆਪ ਟਾਂਗੇ ਦੇ ਵਿੱਚ ਜੁੱਪ ਜਾਂਦਾ, ਟਾਂਗਾ ਇੰਜ ਲੈ ਕੇ ਜਾਣ ਲੱਗਦਾ। ਫਿਰ ਇੱਕ ਵਾਰੀ ਸੋਚਦਾ ਕਹਿੰਦਾ ਨਹੀਂ ਯਾਰ ਮੈਂ ਤੇ ਇਹਦੇ ਚ ਨਹੀਂ ਜਾਣਾ। ਅੱਗੇ ਦੱਸ ਯਾਰ ਭਾਜੀ ਵਿੱਚ ਹੋਰ ਵੀ ਸਵਾਰੀਆਂ ਬੈਠੀਆਂ ਯਾਰ, ਘੋੜਾ ਜਿਹੜਾ ਹੀਰੋ ਦੇ ਉੱਤੇ ਡਿੱਗਿਆ ਯਾਰ, ਉਹਨੇ ਜਿਹੜਾ ਗੱਡਰ ਚ ਸਿੱਟ ਤਾ ਨਾ, ਉਸ ਤੋਂ ਬਾਅਦ ਉਹਨੇ ਮੇਰੇ ਰੱਖ ਕੇ ਮੈਂ ਤੋਰਿਆ, ਇਹ ਕਾਫੀ ਆ। ਆਸਕਰ ਜਿੱਤੇ ਹੀ ਜਿੱਤੇ। ਲਓ ਸਰ ਟਾਂਗੇ ਚ ਹੋਰ ਵੀ ਸਵਾਰੀਆਂ ਬੈਠੀਆਂ ਸੀ, ਇੱਕ ਪ੍ਰੈਗਨੈਂਟ ਔਰਤ ਵੀ ਬੈਠੀ ਸੀ, ਉਹਨੇ ਕਿਹਾ ਵੀਰਾ ਤੂੰ ਬੁੱਢੀ ਭਾਬੀ ਵੀ ਕੰਮ ਕਰ ਰਹੀ ਫਿਲਮ ਚ? ਸਰ ਸੀਨ ਦੀ ਡਿਮਾਂਡ ਆਏ। ਨਹੀਂ ਤੈਨੂੰ ਸ਼ਰਮ ਨਹੀਂ ਆਊਗੀ ਵੀ ਉਹ ਪ੍ਰੈਗਨੈਂਟ ਆ, ਤੂੰ ਉਹਨਾਂ ਨੂੰ ਫਿਲਮ ਚ ਲੈ ਕੇ ਆਏਗਾ? ਮੈਂ ਸਿਰਫ ਇਨਵੈਸਟਰ ਆ। ਇਨਵੈਸਟਰ ਦੇ ਚੱਕਰ ਚ ਤੂੰ ਕੋਈ ਆਪਣੀਆਂ ਘਰ ਦੀਆਂ ਬੱਚਿਆਂ ਨੇ ਵੀ ਟਾਂਗੇ ਚ ਪਾ ਦੇ? ਨਹੀਂ ਨਹੀਂ ਉਹ ਕਮਾਈ ਕਰਨ ਦੇ ਚੱਕਰ, ਉਹ ਮੱਲੇਦਾਰ ਨੇ ਕੋਈ। ਭਾਜੀ ਇੱਕ ਕਿਊ ਸੁਣ ਲਓ ਛੋਟਾ ਜਿਹਾ, ਤੁਹਾਨੂੰ ਖੁਸ਼ੀ ਹੋਏਗੀ। ਜਿਹੜੀ ਹੀਰਵਨ ਆ ਨਾ ਉਹ ਪ੍ਰੋਡਿਊਸਰ ਦੀ ਭਤੀਜੀ ਆ, ਇਸ ਲਈ ਸਾਨੂੰ ਉਹਦੀ ਹਰ ਗੱਲ ਮੰਨਣੀ ਪੈਣੀ ਤੇ ਤੁਹਾਨੂੰ ਵੀ ਮੰਨਣੀ। ਸੱਚੀ ਪੁੱਛੀ ਜੀ ਜੈਨੂਅਨ
ਜਨਵਰ ਇਹਦੀ ਭਤੀਜੀ ਆ ਠੀਕ ਇਹਨੇ ਪੈਸੇ ਨਹੀਂ ਉਹਦੇ ਭਰੇ ਕਹਿੰਦਾ ਮੈਂ ਘਰੋਂ ਫੀਸ ਪਾ ਲੈਂਦਾ ਲਓ ਜੀ ਪ੍ਰੋਡਿਊਸਰ ਸਾਹਿਬ ਤੁਸੀਂ ਜਿੱਥੇ ਮੈਨੂੰ ਛੁਰੀਆਂ ਮਰਵਾਓ ਭਾਵੇਂ ਸਿੱਟੋ ਗਟਰਾਂ 'ਚ ਸਿੱਟੋ ਮੇਰਾ ਪੈਂਡਸ ਦਾ ਆਪਰੇਸ਼ਨ ਕਰਾਓ ਮੇਰੀ ਸ਼ੂਗਰ ਵਧਾ ਦਿਓ ਸਰ ਨੋ ਪ੍ਰੋਬਲਮ ਉਹ ਮੇਰੀ ਭਤੀਜੀ ਆ ਤਰ੍ਹਾਂ ਲੇਕਿਨ ਸਕੀ ਭਤੀਜੀ ਨਹੀਂ ਹੈ ਸਕੀ ਨਹੀਂ ਠੀਕ ਹੈ ਆਓ ਸਕੀ ਨਹੀਂ ਵੈਸੇ ਮੈਨੂੰ ਚਾਚੂ ਚਾਚੂ ਕਹਿੰਦੀ ਹੈ ਅੱਛਾ ਅੱਛਾ ਮੈਂ ਕਿਹਾ ਨਹੀਂ ਤਾਂ ਉਹਨਾਂ ਨੇ ਰਿਸ਼ਤੇਦਾਰ ਹੀ ਪਾਣੀ ਹੀਰੋਨ ਪ੍ਰੈਗਨੈਂਟ ਔਰਤ ਨੇ ਕਿਹਾ ਤੂੰ ਗੱਭਰੂ ਜਵਾਨ ਹੈ ਵੀਰਾ ਤੰਗ ਆ ਆਪਣੇ ਮੋਢਿਆਂ ਤੇ ਖਿੱਚ ਕੇ ਮੈਨੂੰ ਮੇਰੀ ਮੰਜ਼ਿਲ ਤੇ ਪਹੁੰਚਾ ਆ ਅੱਛਾ ਉਹ ਕਿਤੇ ਕਿਤੇ ਜੱਚਾ ਬੱਚਾ ਜਾ ਰਹੀ ਨਹੀਂ ਘਰ ਕਿਹੜੀ ਮੰਜ਼ਿਲ ਤੇ ਜੱਚਾ ਬੱਚਾ ਤੋਂ ਚੈੱਕ ਕਰਾ ਕੇ ਘਰ ਜਾ ਰਹੀ ਅੱਛਾ ਘਰ ਅੱਛਾ ਇਹ ਵੀ ਤੈਨੂੰ ਪਤਾ ਵਾਹ ਵਾਹ ਹੀਰੋ ਨੇ ਕਿਹਾ ਕਿ ਮੇਰੇ ਕੋਲ ਟਾਈਮ ਨਹੀਂ ਹੈ ਮੈਂ ਚੌਧਰੀ ਕੋਲੋਂ ਇੰਤਕਾਮ ਲੈਣ ਜਾਣਾ ਪਿੱਛੇ ਇੱਕ ਸਿਆਣੀ ਜੀ ਮਾਈ ਬੈਠੀ ਸੀ ਉਹਨੇ ਕਿਹਾ ਇਹ ਟੋਟਲ ਕਿੰਨੇ ਜਣੇ ਬੈਠੇ ਨੇ ਮੈਂ ਕਿਹਾ ਨਹੀਂ ਸੀ ਹੋਰ ਵੀ ਸਵਾਰੀਆਂ ਬੈਠੀਆਂ ਅੱਛਾ ਸੱਤ ਸਵਾਰੀਆਂ ਉਹਨੇ ਕਿਹਾ ਹੀਰੋ ਨੂੰ ਬਗੈਰ ਤਾਂ ਹੱਟਾ ਕੱਟਾ ਇਹ ਛੱਡਾ ਤੈਨੂੰ ਸ਼ਰਮ ਹਿਆ ਕੋਈ ਨਹੀਂ ਤੈਨੂੰ ਜ਼ਮਾਨੇ ਦੀਏ ਝੂਠੇ ਇਹ ਨੇ ਹੀਰੋ ਨੂੰ ਕਿਹਾ ਭਾਈ ਵਰਲਡ ਫੇਮ ਫਿਲਮ ਹੋਣੀ ਆਸਕਰ ਅਵਾਰਡ ਗੁੱਡ ਭਾਜੀ ਹੀਰੋ ਨੇ ਜਦੋਂ ਉਹਨੇ ਕਿਹਾ ਨਾ ਜ਼ਮਾਨੇ ਦੀਏ ਝੂਠੇ ਤੇ ਹੀਰੋ ਨੇ ਅਜੀ ਕਰਕੇ ਵੇਖਿਆ ਤੇ ਕੱਚਾ ਹੋ ਗਿਆ ਭਾਜੀ ਹੀਰੋ ਨੇ ਟਾਂਗਾ ਆਪਣੇ ਮੋਢਿਆਂ ਤੇ ਚੁੱਕਿਆ ਤੇ ਉਸ ਔਰਤ ਨੂੰ ਭਲੇ ਦੀ ਖਾਤਰ ਉਹਦੇ ਪਿੰਡ ਛੱਡਣ ਚਲ ਗਿਆ ਰਾਤ ਪੈ ਗਈ ਉਸ ਔਰਤ ਨੇ ਕਿਹਾ ਕਿ ਵੀਰਾ ਇੱਥੇ ਸੋ ਜਾ ਸਵੇਰ ਨੂੰ ਚੱਲ ਜੀ ਹੀਰੋ ਨੇ ਕਿਹਾ ਨਹੀਂ ਮੈਨੂੰ ਇੰਤਕਾਮ ਦੀ ਅੱਗ ਲੱਗੀ ਆ ਮੈਂ ਉਹ ਅੱਗ ਬੁਝਾਣੀ ਆ ਮੈਂ ਵਾਪਸ ਚੱਲਾਂ ਹੀਰੋ ਭਾਈ ਜਦੋਂ ਵੈਰ ਦੀਆਂ ਝਾਂਜਰਾਂ ਖੜਕਦੀਆਂ ਹੋਣ ਤੇ ਨੀਂਦਰ ਨਹੀਂ ਆਉਂਦੀ ਐਵੇਂ ਕੋ ਘੁਆ ਵੀ ਨਾ ਜ਼ਰਾ ਤੁਸੀਂ ਕਹਿ ਕੇ ਦਿਖਾਓ ਜਦੋਂ ਵੈਰ ਦੀਆਂ ਝਾਂਜਰਾਂ ਖੜਕਦੀਆਂ ਹੋਣ ਤੇ ਪ੍ਰੋਡਿਊਸਰ ਆ ਇਹਨਾਂ ਨੂੰ ਇੱਕ ਹੱਥ ਪਿੱਛੇ ਰੱਖਣਾ ਅੱਜ ਕਰਕੇ ਪ੍ਰੋਡਿਊਸਰ ਨਾਲ ਮੁੱਕਾ ਰੱਖਿਆ ਉਹਨਾਂ ਨੇ ਸਰ ਤੁਸੀਂ ਡਾਇਲੋਗ ਡਿਲੀਵਰ ਕਰਨਾ ਲੇਡੀਜ਼ ਨੂੰ ਤੁਸੀਂ ਕਹਿ ਰਹੇ ਹੋ ਜਦੋਂ ਵੈਰ ਦੀਆਂ ਝਾਂਜਰਾਂ ਖੜਕਦੀਆਂ ਹੋਣ ਤੇ ਨੀਂਦਰਾਂ ਨਹੀਂ ਆਉਂਦੀਆਂ ਜਦੋਂ ਵੈਰ ਦੀਆਂ ਝਾਂਜਰਾਂ ਖੜਕਦੀਆਂ ਹੋਣ ਮੈਨੂੰ ਪਸੰਦ ਨਹੀਂ ਆ ਰਿਹਾ ਸੀ ਇਹਨਾਂ ਨੂੰ ਹੱਥ ਜਿਹੜਾ ਇਹ ਇੰਜ ਰੱਖਣ ਜਦੋਂ ਵੈਰ ਦੀਆਂ ਝਾਂਜਰਾਂ ਖੜਕਦੀਆਂ ਹੋਣ ਆਵਾਜ਼ 'ਚ ਗਰਜ ਨਹੀਂ ਹੈ ਗਰਜ ਨਹੀਂ ਹੈ ਕਰਦੇ ਹੋ ਭਤੀਜੀ ਦਾ ਮਾਮਲਾ ਕਰਦੇ ਹੋ ਕੋਈ ਗੱਲ ਨਹੀਂ ਜਦੋਂ ਵੈਰ ਦੀਆਂ ਝਾਂਜਰਾਂ ਖੜਕਦੀਆਂ ਹੋਣ ਤੇ ਫਿਰ ਨੀਂਦਰ ਨਹੀਂ ਉਹ ਪੈਂਦੀ ਜਦੋਂ ਵੈਰ ਦੀਆਂ ਝਾਂਜਰਾਂ ਖੜਕਦੀਆਂ ਹੋਣ ਤੇ ਫਿਰ ਨੀਂਦਰ ਨਹੀਂ ਉਹ ਪੈਂਦੀ ਇਹ ਗੱਲ ਸੱਚ ਤੂੰ ਇੱਦਾਂ ਹੀ ਕਿਹਾ ਬਦਲੇ ਦੀ ਅੱਗ ਨਾਲ ਤਨ ਮਨ ਸੜਦਾ ਹੋਵੇ ਤੇ ਬਿਸਤਰਿਆਂ ਤੇ ਨਹੀਂ ਪਈਦਾ ਓਏ ਜਦੋਂ ਵੈਰ ਦੀਆਂ ਬਦਲੇ ਦੇ ਤਨ ਮਨ 'ਚ ਅੱਗ ਝਾਂਜਰਾਂ ਹੋਣ ਤੇ ਯਾਰ ਕੀ ਯਾਰ ਮਜ਼ਾਕ ਯਾਰ ਸਰ ਮੇਰੀ ਗੱਲ ਸੁਣ ਲਓ ਤੁਸੀਂ ਸਾਡੇ ਚਿੱਟਿਆਂ ਵਾਲਾਂ ਦਾ ਹਯਾ ਕਰੋ ਯਾਰ ਮੈਨੂੰ ਤੁਸੀਂ ਇੱਕ ਇੱਕ ਦੱਸੋ ਨਾ ਗੱਲ ਤੁਸੀਂ ਤੇ ਮਿਲਕ ਸ਼ੇਕ ਜਿਹਾ ਹੀ ਬਣਾਤਾ ਉਹਨਾਂ ਜਦੋਂ ਵੈਰ ਦੀਆਂ ਝਾਂਜਰਾਂ ਖੜਕਦੀਆਂ ਹੋਣ ਤੇ ਫਿਰ ਨੀਂਦਰ ਨਹੀਂ ਉਹ ਪੈਂਦੀ ਬੀਬੀ ਜਦੋਂ ਵੈਰ ਦੀਆਂ ਝਾਂਜਰਾਂ ਖੜਕਦੀਆਂ ਹੋਣ ਤੇ ਫਿਰ ਬੀਬੀ ਨਹੀਂ ਉਹ ਪੈਂਦੀ ਚਾਦਰ ਨੀਂਦਰ ਨਹੀਂ ਉਹ ਪੈਂਦੀ ਬੀਬੀ ਚਾਦਰ ਨਹੀਂ ਉਹ ਪੈਂਦੀ ਬੀਬੀ ਨੀਂਦਰ ਚਲੋ ਠੀਕ ਆ ਇੱਕ ਮਿੰਟ ਠਹਿਰ ਯਾਰ ਜਦੋਂ ਵੈਰ ਦੀਆਂ ਬੀਬੀਆਂ ਨੱਚਦੀਆਂ ਹੋਣ ਭਾਈ ਪਾਬੰਦੀ ਲਵਾਣੀ ਫਿਲਮ ਤੇ ਜਦੋਂ ਵੈਰ ਦੀਆਂ ਝਾਂਜਰਾਂ ਖੜਕਦੀਆਂ ਹੋਣ ਓਕੇ ਨੀਂਦਰ ਜਦੋਂ ਵੈਰ ਦੀਆਂ ਝਾਂਜਰਾਂ ਖੜਕਦੀਆਂ ਹੋਣ ਤੇ ਫਿਰ ਨੀਂਦਰ ਬੀਬੀ ਪੈਂਦੀ ਓ ਮੇਰੇ ਨਾਲ ਨਾਲ ਕਹੋ ਚਲੋ ਜਦੋਂ ਜਦੋਂ ਵੈਰ ਦੀਆਂ ਝਾਂਜਰਾਂ ਖੜਕਦੀਆਂ ਹੋਣ ਤੇ ਨੀਂਦਰ ਨਹੀਂ ਪੈਂਦੀ ਬੀਬੀ ਬੀਬੀ ਤੇ ਨਾਲ ਹੀ ਕਹੋ ਜਦੋਂ ਬਦਲੇ ਦੀ ਅੱਗ ਚ ਤਨ ਮਨ ਸੜਦਾ ਹੋਵੇ ਜਦੋਂ ਬਦਲੇ ਦੀ ਅੱਗ ਚ ਨੀਂਦਰਾਂ ਬੀਬੀ ਪੈਂਦੀ ਹੋਵੇ ਜਦੋਂ ਬਦਲੇ ਦੀ ਅੱਗ ਵਿੱਚ ਤਨ ਮਨ ਸੜਦਾ ਹੋਵੇ ਜਦੋਂ ਬਦਲੇ ਦੀ ਅੱਗ ਚ ਤਨ ਮਨ ਸੜਦਾ ਹੋਵੇ ਬੀਬੀ
ਕਬਰਸਤਾਨ ਲਾਗੇ ਕੁੱਤੇ ਪੈ ਗਏ ਉਹਨਾਂ ਨੇ ਬਾਹਾਂ ਵੱਢਤੀਆਂ ਪਿੰਨੀਆਂ ਵੱਢਤੀਆਂ ਪੂਰੇ ਪਿੰਡੇ ਤੇ ਚੱਕ ਹੀ ਚੱਕ ਭਾਜੀ ਹੀਰੋ ਉਸੇ ਪੈਸੇ ਪੈਰੀ ਵਾਪਸ ਆਇਆ ਆ ਕੇ ਉਹ ਬੂਆ ਖੜਕਾ ਕੇ ਕਹਿੰਦਾ ਮੈਂ ਇੱਥੇ ਹੀ ਸੌਣਾ ਬੈਟਰੀਆਂ ਲੋਅ ਹੋ ਗਈਆਂ ਸੀ ਨਾ ਕੈਮਰਾ ਬੰਦ ਹੋ ਗਿਆ ਬੈਟਰੀਆਂ ਲੋਅ ਹੋ ਗਈਆਂ ਬੈਟਰੀਆਂ ਬਦਲ ਅੱਛਾ ਇਹ ਵੀ ਸੀਨ ਵਿੱਚ ਇੱਥੇ ਚੌਧਰੀ ਨੂੰ ਹੁਣ ਅਗਲਾ ਸੀਨ ਕੈਮਰਾ ਹਵੇਲੀ ਚੋਂ ਖੁੱਲਿਆ ਤੇ ਚੌਧਰੀ ਨੂੰ ਪਤਾ ਲੱਗ ਗਿਆ ਕਿ ਹੀਰੋ ਜੇਲ੍ਹ ਚੋਂ ਵਾਪਸ ਆ ਰਿਹਾ ਤੇ ਚੌਧਰੀ ਨੇ ਆਪਣੇ ਬੰਦੇ ਭੇਜਤੇ ਕਿ ਜਾਓ ਮੈਨੂੰ ਉਹ ਥੋੜਾ ਥੋੜਾ ਜ਼ਿੰਦਾ ਚਾਹੀਦਾ ਹਾਂਜੀ ਥੋੜਾ ਥੋੜਾ ਜ਼ਿੰਦਾ ਬੰਦੇ ਗੱਡੀਆਂ ਲੈ ਕੇ ਪਿੰਡ ਦੇ ਬਾਰਡਰ ਵੱਲ ਨੂੰ ਚਲੇ ਗਏ ਆ ਉੱਥੇ ਇੰਜ ਲੈਨ ਸਿਰ ਗੱਡੀਆਂ ਖਲਾਰਤੀਆਂ ਤੇ ਦਰਵਾਜ਼ੇ ਖੋਲ੍ਹ ਕੇ ਖਲੋਤੇ ਕਿਸੇ ਨੇ ਹਾਕੀ ਫੜੀ ਆ ਕਿਸੇ ਨੇ ਛੁਰਾ ਫੜਿਆ ਕਿਸੇ ਨੇ ਤਲਵਾਰ ਫੜੀ ਆ ਹਰ ਕਿਸੇ ਕੋਲ ਅਸਲਾ ਆਪਣਾ ਆਪਣਾ ਉਧਰੋਂ ਅਗਲਾ ਦੂਸਰਾ ਸੀਨ ਆ ਕਿ ਹੀਰੋ ਕਿਸੇ ਕੋਲੋਂ ਲਿਫਟ ਲੈ ਕੇ ਭਾਈ ਸੜਕ ਤੇ ਆ ਰਿਹਾ ਚੌਧਰੀ ਕੋਲ ਇੰਤਕਾਮ ਲੈਣ ਲਈ ਉਹ ਪਿੰਡ ਦੇ ਬਾਰਡਰ ਤੇ ਪਹੁੰਚਿਆ ਤੇ ਗੁੰਡਿਆਂ ਨੇ ਭਾਈ ਫੜ ਲਿਆ ਉਹ ਹੁਣ ਜਦੋਂ ਗੁੰਡਿਆਂ ਨੇ ਫੜ ਲਿਆ ਭਾਈ ਉਹ ਇੰਜ ਕਰਕੇ ਇੱਕ ਚਪੇੜ ਮਾਰਦੇ ਸੀ ਤੇ ਹੀਰੋ ਘੁੰਮ ਕੇ ਦੂਸਰੇ ਗੁੰਡੇ ਕੋਲ ਉਹ ਦੂਸਰਾ ਗੁੰਡਾ ਚਪੇੜ ਮਾਰਦਾ ਸੀ ਤੇ ਹੀਰੋ ਘੁੰਮ ਕੇ ਤੀਸਰੇ ਗੁੰਡੇ ਯਾਨੀ ਫੁੱਟਬਾਲ ਜਿਹਾ ਬਣਾਇਆ ਵਾ ਹੀਰੋ ਇੱਥੇ ਉਹ 60 ਕੁ ਗੁੰਡੇ ਸੀ ਉਹਨਾਂ ਨੇ ਪਹਿਲਾਂ 60 ਚਪੇੜਾਂ ਮਾਰੀਆਂ ਨੇ ਭਾਜੀ ਇਹ ਸ਼ੁਰੂ ਤੋਂ ਹੀਰੋ ਪਹਿਲੇ ਤੇ ਅਨਾਜ ਉਹਨੇ ਲਿਆ ਲੈ ਕੇ ਪਾਲਿਆ ਅਨਾਥ ਫਿਰ ਉਹਨੇ ਉਹਦੇ ਤੇ ਇਲਜ਼ਾਮ ਲਾਤਾ ਫਿਰ ਪੁਲਿਸ ਨੇ ਕੁੱਟ ਮਾਰੀ ਫਿਰ ਘੜੀਸ ਦਾ ਲੈ ਕੇ ਗਿਆ ਫਿਰ ਉਹਨੇ ਪੁੱਠਾ ਪੁਲਿਸ ਨੇ ਟੰਗ ਦਿੱਤਾ ਹੁਣ ਮਾੜੇ ਮਾੜੇ ਦੋ ਦੋ ਟਕੇ ਦੇ ਲੋਕੀ ਹੀਰੋ ਨੂੰ ਚਪੇੜਾ ਮਾਰਨ ਦੇ ਸਰ ਭਾਜੀ ਇਸ ਫਿਲਮ ਦੀ ਰਿਕੁਆਇਰਮੈਂਟ ਆ ਤੁਸੀਂ ਨਾਰਾਜ਼ ਨਾ ਹੋਵੋ ਅੱਗੇ ਤੁਹਾਨੂੰ ਵੇਖਣਾ ਰਿਲੈਕਸ ਯਾਰ ਕਿਤੇ ਮੇਰੀ ਗੱਲ ਸੁਣੋ ਕਿਤੇ ਸ਼ਬ ਸ਼ਬਾ ਯਾਰ ਹੀਰਵਨ ਇੱਥੇ ਹੁਣ ਸ਼ਬ ਸ਼ਬਾ ਆਣ ਲੱਗਾਂਗੇ ਇਦਾਂ ਕਰਕੇ ਉਹਨਾਂ ਨੇ ਫੜ ਕੇ ਗੁੰਡਿਆਂ ਨੇ ਹੀਰੋ ਨੂੰ ਵੀ ਯਾਰ ਮੈਂ ਕਿਸੇ ਵਜ੍ਹਾ ਮੈਨੂੰ ਤਾਂ ਪਤਾ ਹੋਵੇ ਯਾਰ ਕਿ ਅਗਰ ਮੈਂ ਜ਼ਲੀਲ ਹੋ ਰਿਹਾ ਤੇ ਮੈਨੂੰ ਇਧਰੋਂ ਥੋੜਾ ਜਿਆਦਾ ਸਕੂਨ ਮਿਲ ਜਾਏ ਬੜਾ ਸਕੂਨ ਮਿਲਣ ਲੱਗਾ ਇੰਜ ਕਰਕੇ ਹੀਰੋ ਨੂੰ ਬੰਨਿਆ ਜੀਪ ਦੇ ਅੱਗੇ ਜੀਪ ਦੇ ਅੱਗੇ ਬੰਨ ਕੇ ਪਿੰਡ ਦੇ ਵਿੱਚੋਂ ਗਲੀਆਂ ਚੋਂ ਸਾਰੀ ਦੁਨੀਆ ਵੇਖ ਰਹੀ ਹੀਰੋ ਇੰਜ ਕਰਕੇ ਰੱਸੀਆਂ ਨਾਲ ਬੰਨ ਰਿਹਾ ਬੋਨਟ ਦੇ ਉੱਤੇ ਇੰਜ ਰੋਂਦਾ ਹੋਇਆ ਜਾ ਰਿਹਾ ਵਾ ਭਲਾ ਰੋਣ ਕਿਉਂ ਡਿਆ ਵਾ ਕਿਉਂ ਉਹ ਹੀਰੋ ਨੂੰ ਪਿੱਛੋਂ ਸੇਕ ਪੈ ਰਿਹਾ ਵਾ ਇੰਜਣ ਦਾ ਬੋਨਟ ਦੇ ਉੱਤੇ ਬੰਨੇ ਉਹ ਜਿਹੜਾ ਨਾ ਉਹਦਾ ਗੱਡੀ ਦਾ ਇੰਜਣ ਉਹਦੇ ਨਾਲ ਹੀਰੋ ਦਾ ਲੱਕ ਸੜ ਗਿਆ ਸਾਜੀ ਤੁਹਾਡੀ ਫਿਲਮ ਵੱਜੇਗੀ ਕਿਉਂਕਿ ਤੁਸੀਂ ਜਿੱਡੀ ਡੀਪਲੀ ਜਾ ਕੇ ਤੁਸੀਂ ਸੋਚ ਰਹੇ ਨਾ ਕਿ ਰੋਣ ਵੀ ਕਿਉਂ ਦਿਆ ਹੀਰੋ ਆਈਡੀਆ ਨਾ ਉਹ ਗੱਲ ਯਾਰ ਜਿੱਥੇ ਗਰਮ ਚਾਹ ਡੁੱਲੀ ਆ ਉਹ ਸੀਨ ਮੈਂ ਕਹਿੰਦਾ ਸੀ ਅੱਛਾ ਯਾਰ ਤੂੰ ਇਹ ਨਾਲ ਨਾਲ ਨਾ ਉਹ ਪ੍ਰੈਗਨੈਂਟ ਜਿਹੜੀ ਹੈ ਨਾ ਉਹਦਾ ਵੀ ਪਤਾ ਕਰੀ ਜਾ ਫੋਨ ਕਰਕੇ ਉਹ ਤੋਂ ਬਾਅਦ ਜਨਾਬ ਜਦੋਂ ਹੀਰੋ ਨੂੰ ਬਿਠਾਇਆ ਵਾ ਕੁਰਸੀ ਤੇ ਕੁਰਸੀ ਤੇ ਬੈਠਾ ਨੇ ਗਿਆ ਹੀਰੋ ਕੋਲੋਂ ਹੀਰੋ ਨੇ ਕਰਕੇ ਰੋਣ ਡਿਆ ਵਾ ਉਹਦਾ ਲੱਕ ਸਾਰਾ ਛਾਲਿਓ ਛਾਲੀ ਹੋਇਆ ਇਹ ਹੀਰੋ ਵੈਸੇ ਕਿਤੇ ਬਦਲਾ ਲੈ ਲੂਗਾ ਚੋਰੀ ਤੋਂ ਗਲਤ ਕਰ ਗਿਆ ਤੇਰੇ ਹਿਸਾਬ ਨਾਲ ਸੀਨ ਗਲਤ ਕਰਤਾ ਇੰਨਾ ਮਜ਼ੇਦਾਰ ਸੀ ਹੈ ਬੜਾ ਮਜ਼ੇਦਾਰ ਸੀ ਤੁਹਾਨੂੰ ਲੱਗਦਾ ਹੀਰੋ ਬਦਲਾ ਲੈ ਸਕਦਾ ਭਾਈ ਉਹ ਟਕੇ ਟਕੇ ਬੰਦੇ ਕੋ ਤੇ ਹੀਰੋ ਮੁੱਕ ਗਿਆ ਭਾਈ ਹੀਰਵਨ ਦੀ ਇੰਟਰੀ ਪੈਣ ਲੱਗੀ ਕੀ ਹੋ ਗਿਆ ਅੱਜ ਕਰਕੇ ਭਾਈ ਜੀਪਾਂ ਦੇ ਅੱਗੇ ਭਾਈ ਬੋਨਟ ਤੇ ਬੰਨਿਆ ਸਾਰੀਆਂ ਜੀਪਾਂ ਹਵੇਲੀ ਚ ਵੜ ਗਈਆਂ ਨੇ ਚੌਧਰੀ ਬੂਹੇ ਚ ਖਲੋਤਾ ਵੇਖ ਰਿਹਾ ਤੇ ਕਹਿੰਦਾ ਉਹ ਲੈ ਆਇਓ ਇਹਨੂੰ ਚੌਧਰੀ ਨੇ ਭਾਈ ਜਾ ਕੇ ਇੰਜਨ ਤੇ ਬਹਿ ਗਿਆ ਸਟੀਅਰਿੰਗ ਤੇ ਰੇਸਾਂ ਦੇਣੀਆਂ ਸ਼ੁਰੂ ਕਰਤੀਆਂ ਉਹ ਬੋਨਟ ਹੋਰ ਤੱਤਾ ਹੋ ਗਿਆ ਭਾਈ ਤੜਫ ਰਿਹਾ ਹੀਰੋ ਇੱਥੇ ਇੱਕ ਡਾਇਲੋਗ ਵਜਣਾ ਐਡ ਕਰ ਲੈ ਜਦੋਂ ਵੇਖਿਆ ਨਾ ਪੱਪੇ ਦੇ ਵਾਲ ਵਧੇ ਨੌਂ ਵੀ ਵਧੇ ਚੌਧਰੀ ਨੇ ਕਿਹਾ ਓ ਪੱਪਿਆ ਓ ਵਾਲ ਤੇ ਨੌਂ ਕਟਾ ਲੈ ਅੱਲਾ ਹੋਰ ਦੇ ਦੂਗਾ ਇਹ ਚੌਧਰੀ ਨੇ ਕਿਹਾ ਇਹ ਚੌਧਰੀ ਨੇ ਕਿਹਾ ਇਹ ਹੁਣ ਇਹਨੇ ਪਾਇਆ ਜੀ ਅਸੀਂ ਕੋਈ ਨਹੀਂ ਲਿਖਿਆ ਲੋ ਜੀ ਉਹ ਤੜਫ ਰਿਹਾ ਚੌਧਰੀ ਰੇਸਾਂ ਦੇ ਰਿਹਾ ਉਹ ਹੋਰ ਸੇਕ ਨਹੀਂ ਕਰ ਰਿਹਾ ਉਧਰੋਂ ਹੀ ਇੱਕ ਸੋਹਣੀ ਜੀ ਕੁੜੀ ਪਾਣੀ ਦੀ ਬਾਲਟੀ ਲਿਆ ਕੇ ਹੀਰੋ ਉੱਤੇ ਡੋਲ ਦਿੰਦੀ ਹੈ ਆਹ ਆਹ ਖੁੱਲੀ ਫਿਲਮ ਤੇ ਮਾੜਾ ਜਿਹਾ ਬੇਹੋਸ਼ੀ ਵਾਲੀਆਂ ਨਜ਼ਰਾਂ ਨਾਲ ਹੀ ਦੇਖਿਆ ਕਿਉਂਕਿ ਸੜਿਆ ਭੁੱਜਿਆ ਪਿਆ ਸੀ ਲੱਕ ਸੜਿਆ ਸੀ ਹੀਰਵਨ ਨੇ ਵੀ ਤਰਸੀਆਂ ਨਿਗਾਵਾਂ ਨਾਲ ਦੇਖਿਆ ਇੰਜ ਕਰਕੇ ਭਾਈ ਹੀਰੋ ਨੇ ਅੰਗੜਾਈ ਲਈ ਆ ਕੁੜੀਆਂ ਦੀਆਂ ਅੱਖਾਂ ਚ ਕੁੜੀ ਦੀ ਅੱਖਾਂ ਚ ਅੱਖਾਂ ਪਾ ਕੇ ਉਹ ਰੱਸੇ ਤੋੜ ਕੇ ਤੇ ਉੱਠ ਕੇ ਹੀਰਵਨ ਨਾਲ ਭੱਜਿਆ ਲੇਕਿਨ ਉਹਦੇ ਕੋਲੋਂ ਗਿਆ ਨਹੀਂ ਗਿਆ
बेहोश हो गया ओहदे कदमां च डिग पे लो ओहदे कोल गया ही नहीं बेचारा सट्टां ही इन्नियां लगियां सी चौधरी ने चपेड़ मार के हीरवर नूं कहा चल नहीं अंदर वह अंदर गई है इधरों फिर पुलिस बुलाई है चौधरी ने फिर फड़वा फिर थाने चला गया फिर उन्हें दो तीन महीने कश्त कट्टी उस तो बाद इंज करके उन्हें जेल फिर तोड़ी है तो दौड़िया तो दौड़ता होया पहले चौधरी वाल नहीं गया इस वारी अपने घर अपनी मां नूं मिलन गया अपने प्यो नूं जिहड़ा कतल हो गया सी उहने पता करन गया उहने जाके बूआ खड़काया डिगदे ढेंदे ने बूआ खड़काया बूआ खुलिया ते अगे इक गभरू जवान बंदा खड़ा पप्पे तू उन्हें अंज करके पप्पे नू गाल ना लाया चुम चट के उन्हें कहा मां ए बंदा कौन है ओदी मां ने मुंह च दुपट्टा लैके कहा पुत मैं हक नकाह कर लिया चलो ठीक है निकाह कीता ना हीरो ने कहा माल वेख के कहा जो मां ने किसी बंदे नाल हक निकाह कर लिया ते हीरो ने एकदम दुख होया ते हीरो ने कहा मां मावां ते ठंडियां छावां हुंदियां ने मां पर इस चाचे नाल विआह करके मैनु तेरे कोलो पठे दा सेक आ रहा है मां पठे दा फिर कहेगा मां ये की कर दिता ही मैं जेड़ियां उंगलियां फड़ के चलना सिखिया तू अज इस चाचे दे सिर च फेरन लग पई है मां कैसा डायलॉग है डायलॉग से जान फिर हीरो कहना मां तेरे ते शक ते मैनु उदों दा पै गया सी नहीं ए नहीं मैं डायलॉग कहने हवेली च लायो जिथे कुत्ते नहाउंदे आ हीरो यार उस तों बाद हीरो एकदम उठिया गुस्से दे विच कहिंदा मां जे तू ये फैसला कर ही लिया है ते मां फिर हैप्पी मैरिज लाइफ मां इनी गल कीती उहने कैमरा क्लोज अगला कैमरा फ्रेम खुला वा ते हीरो जिहड़ा धक 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 घोड़े ते जा रहा वा फिर हवेली वाल चौधरी वाल ओ कुत्ते किथे नहाणे आ हीरो ने है ओ बाद च कुत्ते मैं नहाते आ अब मेरा साबण भी थोड़ा रह गया इत्थे ओ करना च उसे तरह लगा सा हीरो इंज करके जो डक 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 करदा 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 हवेली च पहुंचया हां हवेली दा दरवाजा इंज खुलिया यार ये कोई लछो बांदरी टाइप राइटर आ लछो बांदरी डक 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 ओही ਅੱਜ ਕਰਕੇ ਇਹ ਬੈਕਗ੍ਰਾਉਂਡ 뮤직 ਸਾਰਾ ਭਾਈ ਨੇ ਮੂੰਹ ਨਾ ਦੇਣਾ ਸਰ ਇਦਾਂ ਨਾ ਨਾ ਗੁਰੂ ਸਰ ਸੁਣੋ ਬੜਾ ਮਜ਼ੇਦਾਰ ਅੱਜ ਕਰਕੇ ਪਪਾ ਅੰਦਰ ਵੜਿਆ ਜਦੋਂ ਇੰਜ ਦਰਵਾਜ਼ੇ ਖੁੱਲੇ ਨੇ ਤੇ ਪਪਾ ਜਾ ਕੇ ਤੇ ਹਵੇਲੀ ਦੇ ਇੰਜ ਚੁਰਾਹੇ 'ਚ ਖਲੋ ਕੇ ਕਹਿੰਦਾ ਇਹ ਬਦਲਾ ਲੈਣ ਗਿਆ ਹਾਂਜੀ ਹਾਂਜੀ ਅੱਛਾ ਫਾਈਨਲ ਕਲਾਈਮੈਕਸ ਕਲਾਈਮੈਕਸ ਓਏ ਓਕੇ ਉਹਨੇ ਕਹਾ ਚੌਧਰੀ ਨਈਮ ਚੌਧਰੀ ਨਈਮ ਹਾਂਜੀ ਅੱਛਾ ਜੀ ਚਲ ਚੌਧਰੀ ਨਈਮ ਹਾਂ दो तीन आवाज़ां दित्तियां चीख चीख के बुलाया कोई नहीं बाहर आया एक नौकर जिहड़ा कोलों दी ना चाह पींदा होया लंघन रिहा सी उहने कहा पप्पे कादा रौला पाया पप्पे तेरी मेहरबानी असि अगे बड़ी टेंशन चा उन्हें कहा की होया उन्हें कहा चौधरी नू तेन पता सी शुगर का मरीज सी यार उन्होंने वालों तो फड़ के बाहर नहीं कढ़ना हीरो नू कढ़ दे इस तो बाद उन्हें कहा पप्पे तेन पता चौधरी शुगर का मरीज सी
ਉਹ ਤੂੰ ਕੱਢ ਲਈ ਤੂੰ ਕੱਢ ਲਈ ਇੱਕ ਡੇਢ ਵਜ ਲੈਂਦੇ ਰਾਤ ਦਾ ਤੂੰ ਕੱਢ ਦੀ ਮੈਨੂੰ ਉਹਨੇ ਕਿਹਾ ਤੈਨੂੰ ਪਤਾ ਵਾ ਪੱਪਿਆ ਚੌਧਰੀ ਸ਼ੂਗਰ ਦਾ ਮਰੀਜ਼ ਸੀ ਰਾਤੀ ਉਹਦੀ ਸ਼ੂਗਰ ਵਧ ਗਈ ਤੇ ਉਹਦੀ ਉਮਰ ਘਟ ਗਈ ਤੇ ਕੀ ਹੋਇਆ ਚੌਧਰੀ ਫੌਤ ਹੋ ਗਿਆ ਚੌਰੀ ਮਰ ਗਿਆ ਹਾਂਜੀ ਤੇ ਮੈਂ ਬਦਲਾ ਕਿਹਦੇ ਕੋਲ ਲੈਣਾ ਹੁਣ चौधरी मर गया कहानी खत्म हो गई चौधरी छत डिगनी हामला औरत कित है शुगर ना मर गया हीरो ने कुछ भी नहीं किया मुंडा भी अमरीका चला गया हिरवन भी अमरीका चलेगी मतलब मैं केड़ा हीरो मैं फलस्तीन का हीरो हां मेरे ते जुलम ही होए ने सिर्फ यार तुहाडा बैरी मर गया कि नहीं चौधरी की कब्र चल हीरो नहीं सुटे यार सुटी जान जो मर्जी सर सा फिल्म इनी सी मेहरबानी हीरो ने कंडिया डिगना एडा मजा आना सीन जेरा ड्रिल गोडिया च मोरिया कर ड्रिल गोडे डेला कड लिये ड्रिल गोडिया पहलो कर लो यार डेले वाला सीन अगे फिल्मा च आया ड्रिल नाल गोडे मोरियां करांगे ना नाल डेढ़ डेढ़ इंची दे केले ठोक दांगे गट्टियां ला के तू ही कोई पाला सदा मैं की पानी अल्लाह माफ करे तू ही कुछ कह रहा इदां दी फिल्म बंदे तो ल्याउणी नहीं एक हीरो ने है उदा ओ पर नगद दिहाड़ी ते फिल्म करदी हिरवन दा मूंह फुलां दी स्टेज मैं उथे है एक सीन है इहो जिहा है हेरा है समा इंज दा कोई माहौल ए सी एक्शन तुम है यहां ਇੰਜ ਤਾਂ ਕੋਈ 15 ਅਸੀਂ ਗਰਜ਼ ਤੇ ਉਹ ਜਾਣ ਲੱਗੇ ਤੇ ਮੈਂ ਉਹਦਾ ਦੁਪੱਟਾ ਫੜਾ ਤੇ ਇੰਜ ਕਰਕੇ ਵਿੱਚ ਛੱਡ ਦੇ ਕੋਈ ਵੇਖ ਲੇਗਾ ਇੰਜ ਤਾਂ ਕੋਈ ਉਹ ਨਹਿਰ 'ਚ ਡੁੱਬਣ ਵਾਲਾ ਸੀਨ ਨਹਿਰ 'ਚ ਸੁੱਟਣ ਵਾਲਾ ਸੀਨ ਉਹ ਹੀ ਮਿਸ ਕੀਤਾ ਸੀ ਉਹ ਤੂੰ ਸ਼ਰਮ ਨਾਲ ਡੁੱਬਣਾ ਵਾ ਮਹਿਲ ਜਾ ਤੂੰ 5-6 ਘੰਟੇ ਸਿਰ 2 ਵਜੇ ਲੈਂਦੇ ਰਾਤ ਭਾਜੀ ਉਹ ਸੀਨ ਵੈਸੇ ਜਾਨ ਸੀ ਜੇ ਤੁਹਾਡੀ ਇਜਾਜ਼ਤ ਹੋਵੇ ਤੇ ਉਹ ਪਾ ਦਈਏ ਫਰੀ ਸਾਹਿਬ ਲੋ ਜੀ ਸੀਨ ਜਦੋਂ ਕੁੜੀ ਨੂੰ ਥੱਪੜ ਮਾਰ ਕੇ ਚੌਧਰੀ ਕਹਿੰਦਾ ਅੰਦਰ ਕਮਰੇ 'ਚ ਚੱਲ ਜਾ ਮੈਂ ਬਾਵਾ ਲਾ ਦਿੰਦੇ ਜਦੋਂ ਦੋਵੇਂ ਨਹੀਂ 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 ਸਰ ਲਵ ਉਹਨੇ ਇੰਨੀ ਬਾਵਾ ਹੀਰੋ ਇਹ ਮਜ਼ਾਕ ਸੀ ਕਰਨਾ ਹੀਰੋ ਨਾ ਭਲਾ ਅੱਛਾ 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 ਹੀਰੋ ਦੀ ਵਰਤ ਵਾਲੀ ਪੂਰੀ ਰੱਖਣੀ ਹਾਂ ਉਹ ਤੇ ਤੂੰ ਬਹੁਤ ਰੱਖੀ ਹੈ ਉਹ ਕੁੜੀ ਚੱਲ ਜਾਂਦੀ ਆਪਣੇ ਕਮਰੇ 'ਚ ਤੇ ਚੌਧਰੀ ਕਹਿੰਦੇ ਇਹਨੂੰ ਨਹਿਰ 'ਚ ਸੁੱਟ ਆਓ ਇੰਨੀ ਗੱਲ ਸੁਣਦੀ ਕੁੜੀ ਵਾਪਸ ਆਉਂਦੀ ਹੈ ਤੇ ਹੀਰੋ ਦੇ ਹੱਥ 'ਚ ਕੋਈ ਸ਼ੈ ਫੜਾ ਕੇ ਤੇ ਫੇਰ ਚੱਲ ਜਾਂਦੀ ਹੈ ਤਿੰਨ ਚਾਰ ਕਾਮੇ ਆਉਂਦੇ ਆ ਜੀਪ 'ਚ ਸੁੱਟਦੇ ਪਿਛਲੇ ਪਾਸੇ ਹੀਰੋ ਨੂੰ ਤੇ ਰਾਤ ਦੇ ਹਨੇਰੇ 'ਚ ਜਾ ਰਹੇ ਆ ਦਰਿਆ 'ਚ ਸੁੱਟਣ ਹੀਰੋ ਮਾੜਾ ਜਿਹਾ ਭਾਈ ਇੰਜ ਕਰਕੇ ਉਹ ਦੇਖਦਾ ਕਿ ਹੀਰੋਨ ਕੀ ਫੜਾ ਕੇ ਗਈ ਆ ਉਹਨੇ ਇੰਜ ਕਾਗਜ਼ ਖੋਲਿਆ ਵਿੱਚ ਐਡਾ ਕਾਲੇ ਲੂਣ ਦਾ ਟੇਲਾ ਚਿੱਟੇ ਕਾਗਜ਼ 'ਚ ਲਪੇਟਿਆ ਤੇ ਉੱਤੇ ਲਿਖਿਆ ਪੱਪੇ ਲੂਣ ਘੁੱਟ ਕੇ ਫੜ ਕੇ ਰੱਖੀ ਤੂੰ ਦਰਿਆ 'ਚ ਡੁੱਬੇਗਾ ਨਹੀਂ ਭਾਜੀ ਕੈਸਾ ਸੀਨ ਕੈਸਾ ਪੱਪੇ ਯਾਰ ਮਜ਼ਾ ਆ ਕੇ ਨਹੀਂ ਸਹੀ ਦੱਸ ਥੱਲੇ ਖਾਤ ਤੂੰ ਸਹੀ ਦੱਸ ਤੇਰੇ ਕੋਈ ਹੀਰੋਨ ਹੈ ਵੀ ਆ ਕਿ ਨਹੀਂ ਮੈਂ ਕਹਿੰਦਾ ਵਾਂ ਫਿਲਮ ਤੋਂ ਲੈਦਾ ਤੁਸੀਂ ਪਾਕਿਸਤਾਨ ਜੋ ਚੌਕ 'ਚ ਆਇਓ ਉੱਥੇ ਮੈਂ ਹੀਰੋਨ ਨੂੰ ਲੈ ਗਿਆ ਪਾਕਿਸਤਾਨ ਚੌਕ ਮੈਂ ਇਹਦੀ ਤਲਾਸ਼ੀ ਲਈ ਇਹਦੇ ਕੋਈ ਹੈ ਹੀ ਨਹੀਂ ਹੀਰੋ ਹੈ ਉਹ ਤੋਂ ਸਾਰੋ ਕਾਗਜ਼ ਤੇ ਲਿਖਿਆ ਸੀ ਕਿ ਮੈਂ ਸਵੇਰੇ ਫੇਰ ਆਵਾਂਗੀ ਹੀਰੋ ਨੂੰ ਉਹਨਾਂ ਨੇ ਦਰਿਆ ਯਾਰ ਉਹ ਸਾਰਾ ਕੁਝ ਹੋ ਗਿਆ ਐਂਡ ਤੇ ਕਲਾਈਮੈਕਸ ਮੈਂ ਜਿਹੜਾ ਹੀਰੋ ਉਹਨੂੰ ਮਾਰਨਾ ਵਿਲਨ ਨੂੰ ਨਹੀਂ ਉਹ ਤਾਂ ਸ਼ੂਗਰ ਨਾਲ ਮਰ ਗਿਆ ਪਰ ਆਪਣੀ ਆਈ ਨਾਲ ਮਰ ਗਿਆ ਉਹਨੂੰ ਤੁਸੀਂ ਕੀ ਮਾਰ ਕਿਸੇ ਨੂੰ ਤਾਂ ਮਰਵਾਓ ਨਹੀਂ ਇਹ ਤੁਸੀਂ ਬਸ ਇਹ ਵਾ ਕਿ ਤੁਸੀਂ ਯਾਰ ਕੋ ਐਂਡ ਤੇ ਵੀ ਇਦਾਂ ਹੀ ਮਜ਼ਲੂਮ ਹੀ ਰੋ ਹਰ ਦੁਨੀਆ ਦੀ ਫਿਲਮ ਤੇ ਹੀਰੋ ਆਪਣੇ ਵੈਰੀ ਨੂੰ ਮਾਰਦਾ ਇਹ ਫਿਲਮ ਪਹਿਲੀ ਆ ਹਾਂਜੀ ਇਹ ਤੇ ਚੇਂਜ ਲਿਆਂਦਾ ਸੀ ਇਹਨੂੰ ਕਹਿੰਦੇ ਨਵਾਂ ਕੰਮ ਨਵਾਂ ਹੀਰੋ ਨੇ ਵੈਲਡਿੰਗ ਦਾ ਕੰਮ ਸਿੱਖਿਆ ਇਹ ਤੁਸੀਂ ਚੇਂਜ ਨਾ ਮੇਰੇ ਤੋਂ ਬਗੈਰ ਲੈ ਆਓ ਕਿਤੇ ਹੀਰੋ ਤਰਸਦੇ ਆ ਹੀਰੋ
ਸ਼ੁਕਰ ਉਹ ਵੇਖੋ ਡਾਇਰੈਕਟਰ ਹੈਗੇ ਉਹ ਬਸ ਕਰਦੇ ਉਹ ਬਸ ਕਰ ਦਿਓ ਤੁਸੀਂ ਵੀ ਉਹ ਮੱਖੀਆਂ ਵਾਲਾ ਸੀਨ ਕਿੱਥੇ ਜਿੱਥੇ ਮੱਖੀਆਂ ਲੜਨੀਆਂ ਸ਼ਹਿਦ ਦੀਆਂ ਉਹ ਉਹ ਪਾਰਟ 2 ਹੈ ਇਸ ਫਿਲਮ ਦਾ ਓਕੇ ਪਾਰਟ 2 ਵੀ ਤਿਆਰ ਕਰੋ ਯਾਰ ਆਪਾਂ ਕਿਸ਼ਤ ਵਾਈਜ਼ 7-8 ਫਿਲਮਾਂ ਕਰਾਂਗੇ ਆਪਾਂ ਸੀਕੁਐਂਸ ਬਣਾਉਣਾ ਜਿੱਦਾਂ ਮਿਸ਼ਨ ਇੰਪੋਸੀਬਲ 1-2-3 ਇਦਾਂ ਸਾਡੀਆਂ ਫਿਲਮਾਂ ਸਾਗ ਨਹੀਂ ਰੱਖਣਾ ਯਾਰ ਹਾਂਜੀ ਹਾਂਜੀ ਭਾਈ ਇਹਨਾਂ ਤੋਂ ਇਲਾਵਾ ਕਰ ਹੀ ਨਹੀਂ ਸਕਦਾ ਐਡੇ ਵੱਡੇ ਪਰਫਾਰਮੈਂਸ ਵਾਲੇ ਨਹੀਂ ਮੰਨਣਾ ਹੀ ਨਹੀਂ ਕਿਸੇ ਨੇ ਤੇ ਮੇਰੇ ਤੋਂ ਇਲਾਵਾ ਕਿਸੇ ਨੇ ਮੰਨਣਾ ਹੀ ਨਹੀਂ ਬਾਕੀ ਇਹ ਕਿ ਤੁਹਾਨੂੰ ਸਿਰਫ ਉਹ ਇੱਕ ਛੁਰੀ ਵਾਲਾ ਰਹਿ ਗਿਆ ਜਿਹੜੀ ਇੱਥੋਂ ਛੁਰੀ ਲੰਘਦੀ ਤੇ ਇਧਰੋਂ ਦੀ ਨਿਕਲ ਜਾਂਦੀ ਉਹ ਕਿਉਂ ਰਹਿ ਗਿਆ ਉਹ ਵੀ ਪਾ ਨਹੀਂ ਨਹੀਂ ਉਹ ਜਦੋਂ ਹਵੇਲੀ ਚੋਂ ਹੁਣ ਤੁਹਾਡਾ ਵੈਰ ਮੁੱਕ ਗਿਆ ਹੁਣ ਤੁਸੀਂ ਤਮਾਸ਼ੇ ਖਤਮ ਹੋ ਗਿਆ ਸਾਰਾ ਕੁਝ ਹੁਣ ਤੁਸੀਂ ਤਮਾਸ਼ੇ ਕਰ ਕਰਕੇ ਮੰਗਦੇ ਹੋ ਬਸ ਜ਼ਿੰਦਗੀ ਆਮ ਗੁਜ਼ਾਰ ਰਹੇ ਹੋਰ ਕੁਛ ਨਹੀਂ ਕਦੀ ਇੱਥੋਂ ਛੁਰੀ ਲੰਘਾ ਲਈ ਕਦੀ ਬਾਅਦ ਚੋਂ ਸੂਆ ਲੰਘਾ ਲਿਆ ਕਦੀ ਅੱਗ ਵਾਲੇ ਗੋਲੇ ਚੋਂ ਛਾਲ ਮਾਰ ਲਈ ਐਟਮਾਂ ਕਰਕੇ ਪੈਸੇ ਕਮਾ ਰਹੇ ਆਪਣੀ ਜ਼ਿੰਦਗੀ ਜੀ ਰਹੇ ਨਾਲ ਇੱਕ ਬੱਕਰੀ ਤੇ ਬਾਂਦਰੀ ਵੀ ਰੱਖੀ ਅੱਛਾ ਸਹੀ ਦੱਸੋ ਇਹਨੇ ਫਿਲਮ ਤੇ ਪੈਸਾ ਕਿੰਨਾ ਲਾਇਆ ਤਕਰੀਬਨ ਇਹਨੇ 25 ਰੁਪਏ ਲਾ ਨਹੀਂ ਨਹੀਂ ਜ਼ਿਆਦਾ ਚਲੇ ਜਾਣਾ 60 ਲੱਖ ਦਾ ਮੇਰੇ ਨਾ 60 ਲੱਖ 60 ਲੱਖ ਖਾਲੀ ਦੇ ਵਿੱਚ ਸੀਨ ਇੱਕ ਵੀ ਨਹੀਂਗਾ ਤੇ ਕੈਮਰਾ ਕਿਹੜਾ ਵਾ ਮਤਲਬ ਟੈਕਨੋਲੋਜੀ ਕੈਮਰਾ ਕਿਹੜਾ ਕੈਮਰਾ ਨਹੀਂ ਹੈ ਹਾਂ ਫੇਰ ਉਹ ਆਪਣੇ ਮੋਬਾਈਲ ਤੇ ਕਰਨੀ ਸੀ ਆਈਫੋਨ ਤੇ ਨਹੀਂ ਨਹੀਂ ਹਾਂ ਉਹ ਜਿਹੜਾ ਮੇਰਾ ਨਹੀਂ ਹੈਗਾ ਫੋਨ ਐਂਡਰੋਇਡ 13-14 ਹਜ਼ਾਰ ਰੁਪਏ ਦਾ ਤੂੰ ਲਿਆ ਉਹਦੇ ਤੇ ਕਰਨੀ ਉੱਥੇ ਕਰਨੀ ਸਾਰੀ ਫਿਲਮ ਬੇਟਾ ਗੱਲ ਇਹ ਆ ਮਾਸ਼ਾਅੱਲਾ ਤੁਸੀਂ ਬਹੁਤ ਅੱਛੇ ਡਾਇਰੈਕਟਰ ਰਾਈਟਰ ਹੋ ਇੱਕ ਕੋ ਮੈਂ ਤੁਹਾਡੇ ਤੇ ਨਾ ਮੈਂ ਵੀ ਸਟੋਰੀ ਲਿਖਦਾ ਹਾਂ ਉਹ ਤੁਸੀਂ ਪਿਛਲੀ ਵਾਰੀ ਵੀ ਕਿਹਾ ਸੀ ਲਿਆ ਨਹੀਂ ਮੈਂ ਨਹੀਂ ਹੁਣ ਮੈਂ ਲਿਖਦਾ ਹੁਣ ਮੈਂ ਜ਼ਰੂਰੀ ਵਾਰੀ ਇਨਵੈਸਟ ਕਰਨੇ ਕਿਉਂਕਿ ਅੱਛੀਆਂ ਫਿਲਮਾਂ ਹੁਣ ਆ ਨਹੀਂ ਰਹੀਆਂ ਹੁਣ ਮੈਨੂੰ ਹੀ ਮੈਦਾਨ 'ਚ ਆਉਣਾ ਪੈਣਾ ਮੈਂ ਇਨਵੈਸਟਰ ਨਾ ਭਾਈ ਮੈਂ ਤੂੰ ਇਨਵੈਸਟਰ ਆਹੋ ਤੂੰ ਇਨਵੈਸਟਰ ਨਹੀਂ ਹੋਣਾ ਮੈਂ ਭਾਈ ਪੈਸੇ ਲਾਉਣਾ ਨਾ ਯਾਰ ਤੂੰ ਪੈਸੇ ਲਾਉਣਾ ਹੀ ਨਹੀਂ ਮੈਂ ਹੀਰੋ ਨਹੀਂ ਕੌਣ ਬਸ ਤੂੰ ਸਿਰਫ ਫੌਜ ਨਹੀਂ ਹੁੰਦਾ ਜਿਹੜਾ ਸਟੋਰੀ 'ਚ ਦੱਸਣਾ ਸਟੋਰੀ 'ਚ ਡਨ ਹੋ ਗਿਆ ਠੀਕ ਕਦੋਂ ਤੁਹਾਡੇ ਚਾਰਾਂ ਦੀ ਮੈਂ ਸਟੋਰੀ ਲਿਖਣੀ ਹੈ ਠੀਕ ਆ ਜੀ ਔਰ ਤੁਸੀਂ ਦੇਖਣਾ ਹੀਰਵਨ ਇੱਕ ਇੱਕ ਹੀਰਵਨ ਹੋਏਗੀ ਚਾਰਾਂ ਦੀ ਚਾਰ ਹੀਰਵਨਾਂ ਕੀ ਕਹਨੇ ਵਾਹ ਵਾਹ ਕੋਸ਼ਿਸ਼ ਕਰਨਾ ਫੈਮਿਲੀ ਸਟੋਰੀ ਤੁਸੀਂ ਪੈਸੇ ਦੀ ਖਾਤਰ ਕੁਝ ਵੀ ਕਰ ਸਕਦੇ ਹੋ ਯਾਨੀ ਇਦਾਂ ਦੇ ਹੋ ਤੁਸੀਂ ਇੱਕ ਫਿਲਮ ਹੈ ਦੀ ਮੈਟ੍ਰਿਕਸ ਦੀ ਅਸੀਂ ਇੱਕ ਮੁਕਾਬਲੇ ਦੇ ਬਣਾਉਣੀ ਦੀ ਮੈਟ੍ਰਿਕਸ ਦੇ ਮੁਕਾਬਲੇ ਦੇ ਦੀ ਪੰਜਵੀਂ ਦੀ ਪ੍ਰਾਇਮਰੀ ਆਹ ਉਹ ਅਸੀਂ ਗੁੱਡ ਹੋ ਗਿਆ ਨੈਕਸਟ ਪ੍ਰੋਜੈਕਟ ਦਾ ਸਾਡਾ ਠੀਕ ਚਲੋ ਤੁਸੀਂ ਵੀ ਮੈਨੂੰ ਸਟੋਰੀ ਸੁਣਾਣਾ ਪੈਸੇ ਲਾਉਂਗੇ ਮੈਂ ਤਾਂ ਕਹਿੰਦਾ ਭਾਜੀ ਹੀਰਵਨ ਹੈ ਉਹਦੀ ਚਾਰ ਉਹਦੇ ਭਰਾ ਨੇ ਠੀਕ ਹੈ ਜੀ ਤੇ ਉਹ ਪੈਸੇ ਦੀ ਖਾਤਰ ਕੁਝ ਵੀ ਕਰ ਸਕਦੇ ਆਹੋ ਕਤਲ ਕੁਤਲ ਕਰ ਹੀਰੋ ਕੋ ਪੈਸਾ ਬਹੁਤ ਜ਼ਿਆਦਾ ਵਾ ਅੱਛਾ ਹੀਰੋ ਕੌਣ ਮੈਂ ਹੀਰੋ ਕੋ ਪੈਸਾ ਬਹੁਤ ਜ਼ਿਆਦਾ ਵਾ ਉਹ ਹੀਰਵਨ ਆ ਚਾਰ ਉਹਦੇ ਭਰਾ ਨੇ ਹੀਰੋ ਜਦੋਂ 25-26 ਸੌ ਰੁਪਇਆ ਦਿੰਦਾ ਵਾ ਤੇ ਉਹ ਬਾਰਿਸ਼ ਵਾਲਾ ਗਾਣਾ ਕਰਾ ਜਾਂਦੇ ਤੇ ਇੱਕ ਭਰਾ ਆਉਂਦਾ ਬਾਰਿਸ਼ ਵਾਲਾ ਗਾਣਾ ਕਰਾ ਕੇ ਵਾਪਸ ਅੱਛਾ ਚੌਥਾ ਭਰਾ ਕਿੱਥੋਂ ਲਿਆਓਗੇ ਮੈਂ ਤੇ ਹਦਾਇਤਕਾਰ ਚਾਲ ਤੋਂ ਚਾਲ ਤੇ ਕੌਣ ਰਹਿੰਦਾ ਮੇਰੇ ਤੋਂ ਇਲਾਵਾ ਮੈਨੂੰ ਫਿਲਮਾਂ 'ਚ ਕੰਮ ਕਰਨ ਦਾ ਸ਼ੌਕ ਹੀ ਨਹੀਂ ਮੈਨੂੰ ਕਰਾਉਣ ਦਾ ਸ਼ੌਕ ਨਹੀਂ ਕਰਦਾ ਤੇਰਾ ਨਾਂ ਹੋ ਜਾਏਗਾ ਮੈਂ ਕਹਿੰਦਾ ਮੈਨੂੰ ਸ਼ੌਕ ਹੀ ਨਹੀਂ ਹੈਗਾ ਭਾਈ ਜੀ ਤੂੰ ਕਰ ਅੱਲਾ ਬਾਬਾ ਨਿਕਲ ਜੀ ਉਹਦੇ 'ਚ ਡਾਇਲੌਗ ਮੈਂ ਲਿਖਿਆ ਕਿ ਮੈਂ ਹਿਰਵਨ ਨੂੰ ਕਹਿਣਾ ਕਿ ਮੈਂ ਤੇਰੇ ਨਾਲ ਜਾਣਾ ਵਾਂ ਸੈਰ ਕਰਨ ਨਾਨਕ ਗਾਣ ਤੇ ਉਹ ਕਹਿੰਦੀ ਕਿ ਨਹੀਂ ਤੁਸੀਂ ਪਹਿਲੇ ਮੇਰੇ ਭਰਾਵਾਂ ਨਾਲ ਗੱਲ ਕਰੋ ਵਾਹ ਮੈਂ ਫਿਰ ਤੁਹਾਡਾ ਗੱਲ ਕਰਦਾ ਵਾਂ ਮੇਰੇ ਨਾਲ ਕਾਹਤੋਂ ਕਰਨੇ ਮੈਂ ਸ਼ੌਕ ਹੀ ਨਹੀਂ ਫਿਲਮ 'ਚ ਕੰਮ ਕਰਨ ਦਾ ਤੁਹਾਨੂੰ ਕਿਹਾ ਨਹੀਂ ਯਾਰ ਫਿਲਮ 'ਚ ਨਾ ਕਰੀ ਤੇ ਸਾਨੂੰ ਨਾਨਕਾ ਗਾਂ ਤੇ ਜਾਣ ਦੇ ਚਲੋ ਲਓ ਜੀ 6500 ਰੁਪਇਆ ਲੈਂਦੇ ਨੇ ਉਹ ਚਾਰੇ 3 ਮਹੀਨੇ ਅਸੀਂ ਫਿਰ ਨਾਨਕਾ ਗਾਂ ਰਹਿ ਕੇ ਆਉਂਦੇ ਮਤਲਬ ਚਾਰੇ ਹੀ ਬਹੁਤ ਗੈਰਤ ਵਾਲੇ ਭਰਾ ਨੇ ਮਾਸ਼ਾਅੱਲਾ ਬਹੁਤ ਚਾਰੇ ਗੈਰਤ ਵਾਲੇ ਭਰਾ ਨੇ ਤੇ ਪੈਸੇ ਦੀ ਖਾਤਰ ਕੁਛ ਵੀ ਕਰ ਸਕਦੇ ਨੇ ਭਰਾ 3 ਕਰ ਲਓ ਉਹ ਯਾਰ ਨਹੀਂ ਯਾਰ ਤੂੰ ਕਰ ਨਹੀਂ ਮੈਂ ਕੀ ਕਿਹਾ ਨਹੀਂ ਨਹੀਂ ਚਾਰ ਭਰਾ ਚੌਕਟਾ ਨਹੀਂ ਮੈਂ ਭਾਈ ਸ਼ਰਤ ਵੇ ਜੇ ਮੈਂ ਹੀਰੋ ਹੋਣਾ ਤੇ ਫੇਰ ਕਰਾਂਗਾ ਨਹੀਂ ਤੇ ਮੈਂ ਯਮਨ ਨੂੰ ਵਿਲਨ ਰੱਖਣਾ ਤੁਸੀਂ ਯਾਰ ਭੈਣ ਦਾ ਚਲੋ ਜੀ ਹੀਰੋ ਇਹਨੂੰ ਕਰ ਲੈਂਦੇ ਆ ਹਾਂ ਲਵ ਯੂ ਇਹ ਹੀਰੋ ਆ ਮੈਂ ਵਿਲਨ ਆ ਹਾਂ ਹੀਰੋ ਦੀਆਂ ਦੋ ਭੈਣਾਂ ਨੇ ਠੀਕ ਆ ਜੀ ਠੀਕ ਚਾਰ ਕਰ ਲਓ ਵਿਲਨ ਦੇ ਦੋ ਭਰਾ ਨਹੀਂ ਭਾਈ ਜੀ ਵਿਲਨ ਮੈਨੂੰ ਕਰ ਲਓ ਮੈਂ ਵਿਲਨ ਠੀਕ ਆ ਚਲੋ ਵਿਲਨ ਇਹਨੂੰ ਕਰ ਲੈਂਦੇ ਆ ਵੀ ਦੋ ਇਹ ਵਿਲਨ ਆ ਜੀ ਮੈਂ ਹੀਰੋ ਆ ਹੀਰੋ ਨੂੰ ਵਿਲਨ ਦੀ ਕੁੜੀ ਨਾਲ ਪਿਆਰ ਹੋ ਜਾਂਦਾ ਆਏ ਹਾਏ ਲਓ ਆ ਬੜੀ ਅੱਛੀ ਫਿਲਮ ਦੀ ਕੁੜੀ ਨਾਲ ਹੀਰੋ ਨੂੰ ਪਿਆਰ ਹੋ ਜਾਂਦਾ ਤੁਸੀਂ ਰਹਿਣ ਦਿਓ ਮੈਂ ਕਰਨੀ ਹੀ ਨਹੀਂ ਫਿਲਮ ਇਹ ਚ ਡਿਫਾਲਟਰ ਹੀ ਹੋਣਾ ਵਾ ਮੈਂ ਪਾਗਲ ਸੜਕ ਸੇ ਉਠਾ ਕੇ ਸਟਾਰ ਬਣਾ ਦੇਗੇ ਤੁਝੇ ਉਹ ਤੂੰ ਰਹਿਣ ਦੇ ਯਾਰ ਤੂੰ ਚੱਲ ਜਾ ਕੰਮ ਕਰ ਤੂੰ ਕਰ ਲੈ ਤੂੰ ਕਰ ਲੈ ਮੈਂ ਤੇ ਡਾਇਰੈਕਟਰ ਆ ਨਾ ਮੈਨੂੰ ਐਕਟਿੰਗ ਨਹੀਂ ਸੂਟ ਕਰਦੀ ਮੈਨੂੰ ਆਪ ਨਹੀਂ ਐਕਟਿੰਗ ਤੁਹਾਡਾ ਫੋਟੋਜੈਨਿਕ ਚਿਹਰਾ ਉਹ ਨਹੀਂ ਉਹ ਭਰਾਵਾ ਮੇਰਾ ਨਹੀਂ ਆਲੂ ਅਰਜਨ ਲੱਗਣ ਦੇ ਹੋ ਚਲੋ ਠੀਕ ਆਲੂ ਗੋਭੀ ਅਰਜਨ ਲੱਗਣ ਦੇ ਬਿਲਕੁਲ ਗੁੱਡ ਮੈਂ ਨਹੀਂ ਕਰਨੀ ਬੁੱਢੀ ਬਸ ਆਓ ਚਲੋ ਜੀ ਬਸ ਜੀ ਚਲੋ ਬਸ ਤੁਸੀਂ ਕਿਸੇ ਨੇ ਫਿਲਮ ਕਰਨੀ ਹੋਈ ਤੇ ਦੱਸਣਾ ਸਰ ਤੁਹਾਨੂੰ ਸਟੋਰੀ ਕੈਸੀ ਲੱਗੀ ਕਿਹੜੀ ਹੈ ਪੱਪੇ ਵਾਲੀ ਅਸੀਂ ਇਹਦੇ ਚ ਸੀਨ ਇੱਕ ਹੈਗਾ ਸੀ ਉਹ ਚੌਧਰੀ ਦੇ ਜਨਾਜ਼ੇ ਨਾਲ ਸਾਡਾ ਲਾਣਤ ਭੇਜ ਸੀ ਇਹਨੂੰ ਚਲੋ ਆਪਾਂ ਉੱਥੇ ਚੱਲੀਏ ਜਿੱਥੇ ਹੀ ਰੁਕਦੇ ਪਾਕਿਸਤਾਨ ਚੋਂ ਚਲੋ ਵੀ ਮਾਰੋਗਾ ਤੁਸੀਂ ਸ਼ਾਇਦ ਮੈਂ ਦੇਖ ਲੈਂਦੇ 4500 ਹੈਗਾ ਮੇਰੇ ਕੋ ਓਕੇ ਆ ਓਕੇ ਆ ਚਲ ਆ ਜਾ ਵੀਰ ਬੰਨੇ ਇੱਥੇ ਆ ਜਾ ਨਾ ਮੈਂ ਇਹਨਾਂ ਨੂੰ ਸ਼ੂਟ ਕਰਕੇ ਆਇਆ ਆ ਜਾ